ਸ਼੍ਰੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਕਿੰਚਾ ਮਪਰਦੇਸ ਲਾਈਵ ਪ੍ਰੋਗਰਾਮ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ ਹਾਂ ਜੀ ਤੇ ਸਟੱਡੀ ਵਿਜ਼ਾ ਐਕਸਪਰਟ ਮਿਸਟਰ ਸੁਖਚੈਨ ਸਿੰਘ ਰਾਹੀ ਸਾਡੇ ਨਾਲ ਆਰਐਸ ਗਲੋਬਲ ਕੰਸਲਟੈਂਸੀ ਤੋਂ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਜੀ ਆਰਐਸ ਗਲੋਬਲ ਦਾ ਫੇਸਬੁੱਕ ਪੇਜ ਲਾਈਕ ਜ਼ਰੂਰ ਕਰ ਸਕਦੇ ਹੋ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਤੇ ਨਾਲ ਨਾਲ ਜੀ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਹੈਗਾ ਤੇ ਯੂਕੇ ਜਿਹੜੇ ਵੀ ਸਾਡੇ ਵਿਦਿਆਰਥੀ ਜਾਣਾ ਚਾਹੁੰਦੇ ਨੇ ਜੀ ਉਹਨਾਂ ਦੇ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਨਵੀਂ ਖਬਰ ਜਿਹੜੀ ਹੈਗੀ ਹੈ ਜੀ ਉਹ ਲੈ ਕੇ ਆਏ ਨੇ ਮਿਸਟਰ ਸੁਖਚੈਨ ਸਿੰਘ ਰਾਹੀ ਤੇ ਨਿਊ ਰੂਲਸ ਦੀ ਅੱਜ ਗੱਲ ਕਰਾਂਗੇ ਜੀ ਤੇ ਨਾਲ ਹੀ ਅਸੀਂ ਦੁਬਈ ਤੋਂ ਯੂਐਸਏ ਦਾ ਜਿਹੜਾ ਸਟੱਡੀ ਵੀਜ਼ਾ ਹੈਗਾ ਉਹ ਕਿੱਦਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਹਦੇ ਬਾਰੇ ਵੀ ਡਿਸਕਸ ਕਰਾਂਗੇ ਤੇ ਨੰਬਰ ਜੀ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਫੋਨ ਮਿਲਾਉਣਾ ਹੈ ਜਦੋਂ ਫੋਨ ਕਰਨਾ ਹੈ ਆਪਣੇ ਟੀਵੀ ਦੀ ਆਵਾਜ਼ ਨੂੰ ਬੰਦ ਕਰ ਦੇਣਾ ਤੇ ਆਪਣਾ ਸਵਾਲ ਸਾਨੂੰ ਜਲਦੀ ਦੇ ਨਾਲ ਦੱਸ ਕੇ ਆਨਸਰ ਜਿਹੜਾ ਜੀ ਜਵਾਬ ਜਿਹੜਾ ਦੁਬਾਰਾ ਟੀਵੀ ਸਕਰੀਨ ਦੇ ਉੱਤੇ ਸੁਣ ਸਕਦੇ ਹੋ ਮਿਸਟਰ ਸੁਖਚੈਨ ਸਿੰਘ ਰਾਹੀ ਸਾਡੇ ਨਾਲ ਸਰ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਸਾਡੇ ਇਸ ਸ਼ੋਅ ਨੂੰ ਕਬੂਲਦੇ ਹੋ ਔਰ ਬੜੀ ਵੱਡੀ ਗਿਣਤੀ 'ਚ ਫੋਨ ਕਾਲਸ ਦੇ ਜ਼ਰੀਏ ਮੈਸੇਜਸ ਜ਼ਰੀਏ ਆਪਣੇ ਸੁਨੇਹੇ ਭੇਜਦੇ ਹੋ ਔਰ ਤੁਹਾਡੇ ਨਾਲ ਸੁਨੇਹਾ ਕਰਕੇ ਅਸੀਂ ਆਪਣੇ ਇਸ ਐਪੀਸੋਡ ਨੂੰ ਤੁਹਾਡੇ ਅੱਗੇ ਹੋਰ ਅੱਛੇ ਤਰੀਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਸੋ ਸਭ ਤੋਂ ਵੱਡੀ ਅੱਜ ਜਿਹੜੀ ਗੁੱਡ ਨਿਊਜ਼ ਜਾਂ ਬ੍ਰੇਕਿੰਗ ਨਿਊਜ਼ ਖੁਸ਼ਖਬਰੀ ਮੈਂ ਸੋਮਵਾਰ ਵਾਲੇ ਦਿਨ ਲਾਈਵ ਹੋ ਕੇ ਦੱਸ ਚੁੱਕਿਆ ਸੀ ਕਿ ਜਿਹੜੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਯੂਕੇ ਦੇ ਮਿਸਟਰ ਜੌਨਸਨ ਨੇ ਅਨਾਊਂਸ ਕਰ ਦਿੱਤਾ ਕਿ ਸਟੂਡੈਂਟ ਨੂੰ ਜਿਹੜਾ ਉੱਥੇ ਪੜ੍ਹਾਈ ਕਰਨ ਜਾਏਗਾ ਡਿਗਰੀ ਬੈਚਲਰ ਜਾਂ ਮਾਸਟਰਸ ਉਹਨੂੰ ਫਰਦਰ ਰਹਿਣ ਲਈ 2 ਸਾਲ ਦਾ PSW ਵਰਕ ਅਨਾਊਂਸ ਕਰ ਦਿੱਤਾ ਜਾਏਗਾ ਹੋਪਫੁਲੀ ਮੇਰੇ ਆਪਣੇ ਤਜਰਬੇ ਮੁਤਾਬਕ 31 ਅਕਤੂਬਰ ਤੋਂ ਪਹਿਲਾਂ ਅਨਾਊਂਸਮੈਂਟ ਆਫੀਸ਼ਲੀ UKBA ਦੀ ਵੈਬਸਾਈਟ 'ਤੇ ਪੈ ਜਾਣੀ ਆ ਸੋ ਜਿਹੜਾ ਬੱਚਾ ਹੁਣ ਪੜ੍ਹਾਈ ਕਰਨ ਤੋਂ ਬਾਅਦ ਫਰਦਰ ਵਰਕ ਪਰਮਿਟ ਲੈਣਾ ਚਾਹੁੰਦਾ ਆਪਣੇ ਸਪਾਊਸ ਨਾਲ ਜਾ ਕੇ ਉੱਥੇ PR ਲੈਣਾ ਚਾਹੁੰਦਾ ਰਸਤੇ ਖੁੱਲ੍ਹ ਚੁੱਕੇ ਨੇ ਆਉਣ ਵਾਲਾ ਸਮਾਂ ਹੁਣ ਥੋੜ੍ਹਾ ਜਿਹਾ ਕੈਨੇਡਾ ਲਈ ਔਖਾ ਹੋਏਗਾ ਕਿਉਂਕਿ 1 ਅਕਤੂਬਰ ਦੇ ਵਿੱਚ ਉੱਥੇ ਇਲੈਕਸ਼ਨਸ ਨੇ ਦੇਖੋ ਅੱਗੇ ਊਂਟ ਕੇ ਇਸ ਪਾਸੇ ਕਰਵਟ ਬਦਲਦਾ ਪਰ UK ਦਾ ਸਮਾਂ ਹੁਣ ਆਉਣ ਵਾਲਾ ਅਗਲੇ 2 ਸਾਲ ਤੱਕ ਬੜਾ ਸੁਖਾਲਾ ਰਹੇਗਾ ਉਹਨਾਂ ਬੱਚਿਆਂ ਦੇ ਲਈ ਜਿਹੜੇ ਬਿਨ ਆਇਲਸ ਤੋਂ ਸਪਾਊਸ ਦੇ ਨਾਲ ਜਾ ਕੇ ਇੱਕ ਚੰਗੀ ਜ਼ਿੰਦਗੀ ਸ਼ੁਰੂਆਤ ਕਰਨਾ ਚਾਹੁੰਦੇ ਨੇ PR ਲੈਣਾ ਚਾਹੁੰਦੇ ਨੇ ਬਟ ਉਹ ਵਾਲੇ ਵਿਦਿਆਰਥੀ ਜਿਨ੍ਹਾਂ ਦੇ ਇੰਗਲਿਸ਼ ਵਿੱਚੋਂ 60% ਨੰਬਰ ਹੈ ਉਹਨੂੰ ਆਇਲਸ ਕਰਨ ਦੀ ਲੋੜ ਨਹੀਂ ਸੋ ਬਹੁਤੇ ਬੱਚਿਆਂ ਦੇ ਦਿਮਾਗ 'ਚ ਭੁਲੇਖਾ ਹੈ ਕਿ UK ਵਿਦਆਊਟ ਆਇਲਸ ਆ ਜਾ ਸਕਦਾ ਬਿਲਕੁਲ ਕਵਿਤਾ ਜਾਇਆ ਜਾ ਸਕਦਾ ਬਟ ਇੰਗਲਿਸ਼ ਕੰਟਰੀਜ਼ ਹੈਗੀਆਂ ਨੇ ਤੇ ਤੁਸੀਂ ਬ੍ਰਿਟਿਸ਼ ਕੰਟਰੀ 'ਚ ਪੜ੍ਹਨ ਜਾ ਰਹੇ ਹੋ ਬ੍ਰਿਟਿਸ਼ ਯੂਨੀਵਰਸਿਟੀ ਪੜ੍ਹਨ ਜਾ ਰਹੇ ਹੋ ਮੈਂ ਅੱਜ ਸਰਵੇ ਪੜ੍ਹ ਰਿਹਾ ਸੀ ਦੁਨੀਆ ਦਾ ਨੰਬਰ 1 ਸਿਟੀ ਬਣਿਆ ਲੰਡਨ ਇੱਕ ਸਰਵੇ ਦੇ ਮੁਤਾਬਕ ਜਿਹੜਾ ਸਟੂਡੈਂਟ ਦੀ ਹਾਂ ਮੇਨ ਜਿਹੜੀ ਡੈਸਟੀਨੇਸ਼ਨ ਹੈ ਅੱਜ ਦੀ ਅਖਬਾਰ ਵਿੱਚ ਖਬਰ ਲੱਗੀ ਦੂਜੇ ਨੰਬਰ ਤੇ ਟੋਕੀਓ ਤੀਜੇ ਤੇ ਮੈਲਬਨ ਆਉਂਦਾ ਸੋ ਤੁਸੀਂ ਅਗਰ ਬ੍ਰਿਟਿਸ਼ ਯੂਨੀਵਰਸਿਟੀ ਜਾ ਕੇ ਪੜ੍ਹ ਰਹੇ ਹੋ ਵਿਦਆਊਟ ਆਇਲਸ ਦਾ ਗੁਜ਼ਾਰਾ ਹੋ ਜਾਏਗਾ ਬਟ ਵਿਦਆਊਟ ਇੰਗਲਿਸ਼ ਗੁਜ਼ਾਰਾ ਨਹੀਂ ਹੋਣਾ ਸੋ ਅਗਰ ਤੁਸੀਂ ਪਲੱਸ 2 ਪਾਸ ਕੀਤੀ ਹੈ ਤੁਹਾਡੇ ਇੰਗਲਿਸ਼ 'ਚੋਂ 60% ਨੰਬਰ ਹੈ ਤੁਸੀਂ B2 ਲੈਵਲ ਦੀ ਯੋਗਤਾ ਰੱਖਦੇ ਹੋ ਯਾਨੀ ਕਿ 6 ਬੈਂਡ ਦੇ ਬਰਾਬਰ ਦੀ ਇਕੁਇਵਲੈਂਸ ਰੱਖਦੇ ਹੋ ਤੁਸੀਂ ਯੂਨੀਵਰਸਿਟੀ ਵਿੱਚ ਸਕਾਈਪ ਇੰਟਰਵਿਊ ਦੇ ਬੇਸਿਸ 'ਤੇ ਸਿੱਧਾ ਡਿਗਰੀ 'ਚ ਦਾਖਲਾ ਲੈ ਕੇ ਪੜ੍ਹਨ ਜਾ ਸਕਦੇ ਹੋ ਸੋ ਤੁਹਾਡਾ UK ਸੰਬੰਧਿਤ ਕੋਈ ਸਵਾਲ ਹੈ ਤੁਸੀਂ ਵਿਆਹੇ ਹੋ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਬੱਚੇ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ UK ਵੈਲਕਮ ਕਹਿ ਰਿਹਾ ਸਪਾਊਸ ਸਪਾਊਸ ਬਿਲਕੁਲ ਨਾਲ ਜਾਏਗਾ ਪੜ੍ਹਾਈ ਦੇ ਨਾਲ ਸਟੂਡੈਂਟ ਦੇ ਨਾਲ ਐਂਡ ਉਹਨੂੰ ਫੁੱਲ ਟਾਈਮ ਕੰਮ ਕਰਨ ਦੇ ਰਾਈਟਸ ਹੋਣਗੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ UK ਸੰਬੰਧਿਤ ਕੋਈ ਸਵਾਲ ਹੋਵੇ ਲਾਈਵ ਕਾਲ ਕਰਕੇ 7050970509 'ਤੇ ਪੁੱਛ ਸਕਦੇ ਹੋ ਐਂਡ ਵਧੇਰੇ ਜਾਣਕਾਰੀ ਲਈ ਸਾਡਾ ਫੇਸਬੁੱਕ ਪੇਜ ਲਾਈਕ ਕਰ ਸਕਦੇ ਹੋ ਜਿੱਥੇ ਅਸੀਂ ਰੀਸੈਂਟ ਅਪਡੇਟਡ ਜਿਹੜੀ ਪੋਸਟ ਅਸੀਂ ਅਪਲੋਡ ਕਰ ਰਹੇ ਹਾਂ ਯੂਟਿਊਬ ਚੈਨਲ RS ਗਲੋਬਲ ਇਮੀਗ੍ਰੇਸ਼ਨ ਦੇ ਨਾਮ 'ਤੇ ਹੈ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜਿੱਥੇ ਅਸੀਂ ਰੀਸੈਂਟ ਵੀਡੀਓਜ਼ ਅਪਲੋਡ ਕਰਦੇ ਹਾਂ ਕਿਸੇ ਵੀ ਕੰਟਰੀ ਦੇ ਬਦਲੇ ਕਾਨੂੰਨਾਂ ਦੇ ਬਾਰੇ ਜੀ ਬਿਲਕੁਲ ਤੇ ਲਾਈਵ ਵੀ ਹੁੰਦੇ ਨੇ ਜੀ ਸਾਡੇ ਸਟੱਡੀ ਵੀਜ਼ਾ ਐਕਸਪਰਟ ਟਾਈਮ ਟੂ ਟਾਈਮ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਜੀ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਤੇ ਕੰਟਰੀ ਵਾਈਜ਼ ਜੀ ਡਿਸਕਸ ਕੀਤੀ ਜਾਂਦੀ ਹੈਗੀ ਹੈ ਮਿਸਟਰ ਸੁਖਚੈਨ ਸਿੰਘ ਰਾਹੀ ਅੱਜ ਸਾਡੇ ਨਾਲ ਜੀ RS ਗਲੋਬਲ ਕੰਸਲਟੈਂਸੀ ਤੋਂ ਸਟੱਡੀ ਵੀਜ਼ਾ ਐਕਸਪਰਟ ਜੁੜੇ ਨੇ ਜੀ UK ਵਿਦਆਊਟ ਆਇਲਸ ਸਾਡੇ ਵਿਦਿਆਰਥੀ ਜਿਹੜੇ ਨੇ ਜੀ ਅਪਲਾਈ ਕਰ ਸਕਦੇ ਨੇ ਸਪਾਊਸ ਕੇਸ ਦੇ ਨਾਲ ਅਪਲਾਈ ਕਰ ਸਕਦੇ ਨੇ ਤੇ ਕਿਉਂਕਿ ਦੇਖੋ ਕੈਨੇਡਾ ਜਾਣ ਦਾ ਮਕਸਦ ਜਿਹੜਾ ਹੈਗਾ ਜਾਂ ਆਸਟ੍ਰੇਲੀਆ ਜਾਣ ਦਾ ਮਕਸਦ ਜਿਹੜਾ ਹੈਗਾ ਸਾਡਾ ਵੀ ਸਾਨੂੰ ਵਰਕ ਪਰਮਿਟ ਐਂਡ ਸਟੇ ਬੈਕ ਦੀ ਆਪਸ਼ਨ ਉੱਥੇ ਰੁਕਣ ਦੀ ਰਹਿਣ ਦੀ ਹਾਂ ਤੇ ਪਹਿਲਾਂ UK ਇਦਾਂ ਬਹੁਤ ਘੱਟ ਰੇਅਰ ਚਾਂਸਸ ਮਿਲਦੇ ਸੀਗੇ ਆਈ ਥਿੰਕ ਸੋ ਹੁਣ ਇਹ ਕਾਰਨ ਹੈ ਆਈ ਸਟਾਰਟਡ ਥਿਸ ਪ੍ਰੋਫੈਸ਼ਨ ਮੈਂ 2006 ਦੇ ਵਿੱਚ 7 ਵਿੱਚ ਪ੍ਰੋਫੈਸ਼ਨ ਨੂੰ ਜੁਆਇਨ ਕੀਤਾ ਸੀ ਤੇ ਤਕਰੀਬਨ 2009 ਤੋਂ ਲੈ ਕੇ 2011 ਤੱਕ ਬੜੀ ਵੱਡੀ ਹਵਾ ਚੱਲੀ ਸੀ UK ਦੀ ਪੁਰਾਣੇ ਜਿਹੜੇ ਕੰਸਲਟੈਂਟ ਉਸ ਸਮੇਂ 'ਚ ਨਾਲ ਜੁੜੇ ਸਭ ਨੂੰ ਪਤਾ ਜਿਹੜੇ ਬੱਚੇ ਉਹਨਾਂ ਦਿਨਾਂ 'ਚ UK ਗਏ ਸੀ ਪੜ੍ਹਨ 2009 ਤੋਂ Tier 4 ਸਿਸਟਮ ਸ਼ੁਰੂ ਹੋਇਆ ਸੀ April ਦੇ ਵਿੱਚ 2010 ਵਿੱਚ 11 'ਚ ਬੜੇ ਉਤਰਾਵ ਚੜਾਵ ਆਏ ਇੱਕੋ ਰਾਤੋਂ ਰਾਤ ਹੀ 1200 ਕਾਲਜ UK 'ਚ ਬਲੈਕਲਿਸਟ ਹੋ ਗਿਆ ਸੀ ਉਹ ਦਿਨ ਵੀ ਸਾਨੂੰ ਯਾਦ ਹੈ ਐਂਡ ਜਦੋਂ ਬੱਚੇ ਜਹਾਜ਼ ਭਰ ਭਰ ਕੇ ਵਾਪਸ ਆਏ ਸੀ ਉਹ ਵੀ ਦਿਨ ਯਾਦ ਹੈ ਸੋ ਬੜੀ ਵੱਡੀ ਪੱਧਰ 'ਤੇ ਇੱਕ ਬੜਾ ਬੂਮ ਲੈ ਕੇ ਆਉਂਦਾ ਸੀ UK ਨੇ ਇਸ ਓਵਰਸੀਜ਼ ਐਜੂਕੇਸ਼ਨ ਇੰਡਸਟਰੀ ਦੇ ਵਿੱਚ ਸੋ UK ਦੇ ਪੁਰਾਣੇ ਖੁੰਡ ਕਹਾ ਆਪਾਂ ਕਹਾ ਸਕਦੇ ਹਾਂ ਆਪਣੇ ਆਪ ਨੂੰ ਕਿਉਂਕਿ UK ਤੋਂ ਗ੍ਰੈਜੂਏਟਡ UK ਪੜ੍ਹ ਕੇ ਵਾਪਸ ਆਏ UK ਦੀ ਨਬਜ਼ ਵਿੱਚ ਬੈਠੇ ਹਾਂ ਪਤਾ ਕਿ UK ਦੀ ਇਮੀਗ੍ਰੇਸ਼ਨ ਪਾਲਿਸੀਜ਼ ਐਜੂਕੇਸ਼ਨ ਪਾਲਿਸੀਜ਼ ਕੀ ਕਹਿੰਦੀਆਂ ਨੇ ਸੋ ਸਭ ਤੋਂ ਜ਼ਿਆਦਾ ਤਜਰਬਾ ਪੁਰਾਣਾ UK ਦੇ ਐਜੂਕੇਸ਼ਨ ਲੈ ਕੇ RS ਗਲੋਬਲ ਦੀ ਟੀਮ ਦੇ ਕੋਲ ਹੈ ਸੋ UK ਪੜ੍ਹਨ ਜਾਣਾ ਚਾਹੁੰਦੇ ਹੋ ਹੁਣ ਫਿਰ ਦਰਵਾਜ਼ੇ ਖੋਲ੍ਹ ਰਿਹਾ ਬਟ ਕੇਵਲ ਅਤੇ
ਯੂਨੀਵਰਸਿਟੀ 'ਚ ਪੜ੍ਹਨ ਜਾਣਾ, ਦੋ ਕੋਰਸ ਲੈਣੇ ਆ ਜਾਂ ਬੈਚਲਰ ਜਾਂ ਮਾਸਟਰਸ, ਯੂਨੀਵਰਸਿਟੀ 'ਚ ਪੜ੍ਹਨ ਜਾਣਾ, ਡਿਗਰੀ 'ਚ ਪੜ੍ਹਨ ਜਾਣਾ, ਨਾ ਡਿਪਲੋਮੇ ਦੇ ਪਿੱਛੇ ਪੈਣਾ, ਨਾ ਕਾਲਜ ਦੇ ਪਿੱਛੇ ਪੈਣਾ। ਹੁਣ ਤੁਸੀਂ ਹੋਰ ਹਫ਼ਤੇ 10 ਦਿਨ ਬਾਅਦ, ਮਹੀਨੇ ਬਾਅਦ ਵੇਖੋਗੇ ਅਲੱਗ ਅਲੱਗ ਥਾਵਾਂ 'ਤੇ ਐਡਵਰਟੀਜ਼ਮੈਂਟ ਸੋਸ਼ਲ ਮੀਡੀਆ 'ਤੇ, ਟੀ ਵੀ 'ਚ, ਅਖ਼ਬਾਰਾਂ 'ਚ, ਹੋਰਡਿੰਗਸ 'ਤੇ, ਵੀ ਯੂਕੇ ਚਲੋ ਵਿਦਾਊਟ ਆਇਲਸ ਫੀਸ ਆਫਟਰ ਵੀਜ਼ਾ, ਜਿਵੇਂ ਕੈਨੇਡਾ ਦੇ ਨਾਂ 'ਤੇ ਸਿਸਟਮ ਅਬਿਊਜ਼ ਕੀਤਾ ਗਿਆ, ਨਿਊਜ਼ੀਲੈਂਡ ਵਿਦਾਊਟ ਆਇਲਸ ਅਬਿਊਜ਼ ਕੀਤਾ ਗਿਆ, ਇਸ ਤਰ੍ਹਾਂ ਹੁਣ ਯੂਕੇ ਨੂੰ ਫਿਰ ਅਬਿਊਜ਼ ਕੀਤਾ ਜਾਣਾ। ਬਟ ਇੱਕ ਸਿਆਣਾ ਸਟੂਡੈਂਟ, ਇੱਕ ਸਿਆਣੇ ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲਾਂ ਹੀ ਆਪਣੇ ਜਿਹੜੇ ਅੱਗੇ ਕੰਡੇ ਪੈਰਾਂ 'ਚ ਬੀਜੇ ਜਾਣੇ ਉਹਨੂੰ ਪਹਿਲਾਂ ਹੀ ਉਹ ਪੁੱਟ ਲਵੇ। ਤੋ ਵਿਦਾਊਟ ਜਿਹੜੀ ਫੀਸ ਵਾਲੀ ਗੱਲ ਹੈ ਉਹ ਸਿਰਫ ਕਾਲਜ ਵਿੱਚ ਪੋਸੀਬਲ ਹੈ, ਕਿਉਂਕਿ ਕਾਲਜ ਨੇ ਠੇਕਾ ਕਰ ਲੈਣਾ ਇੱਕ ਏਜੰਟ ਨੇ ਵੀ ਚਲੋ 100 ਸੀਟਾਂ 100 ਕੈਸ਼ ਮੈਨੂੰ ਦੇ ਦੇ, ਫੀਸ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਭਰਾਂਗੇ। ਵੀਜ਼ੇ 10 ਪਿੱਛੇ ਜੇ 3 ਵੀਜ਼ੇ ਆ ਵੀ ਗਏ, ਬੱਚੇ ਨੂੰ ਨਾ ਤਾਂ ਉੱਥੇ ਪਾਰਟ ਟਾਈਮ ਕੰਮ ਕਰਨ ਦੀ ਪਰਮਿਸ਼ਨ ਮਿਲਣੀ, ਨਾ ਅੱਗੇ ਫਰਦਰ ਵੀਜ਼ਾ ਐਕਸਟੈਂਡ ਹੋਣਾ। ਸੋ ਜੇ ਤੁਸੀਂ ਇੱਕ ਚੰਗੇ ਭਵਿੱਖ ਦੀ ਉਮੀਦ ਨੂੰ ਲੈ ਕੇ ਯੂਕੇ 'ਚ ਪੜ੍ਹਨ ਜਾਣਾ ਚਾਹੁੰਦੇ ਹੋ, ਸਿਰਫ ਔਰ ਸਿਰਫ ਯੂਨੀਵਰਸਿਟੀ 'ਚ ਅਪਲਾਈ ਕਰੋ, ਯੂਨੀਵਰਸਿਟੀ ਵਿੱਚ ਡਿਗਰੀ 'ਚ ਅਪਲਾਈ ਕਰੋ, ਜਿਹਦੇ ਨਾਲ ਤੁਸੀਂ ਪਾਰਟ ਟਾਈਮ 20 ਘੰਟੇ ਹਫ਼ਤੇ ਦੇ ਕੰਮ ਵੀ ਕਰ ਸਕਦੇ ਹਾਂ, ਪੜ੍ਹਾਈ ਤੋਂ ਬਾਅਦ ਫਰਦਰ ਸਟੇ ਬੈਕ ਦੀਆਂ ਆਪਸ਼ਨਸ ਵੀ ਨੇ, ਜੌਬ ਦੀਆਂ, ਵਰਕ ਪਰਮਿਟ ਦੀ ਆਪਸ਼ਨ ਵੀ ਨੇ, ਮੁੜ ਕੇ ਟੀਅਰ 2 ਕੈਟਾਗਰੀ ਦੇ ਵਿੱਚ ਤੁਸੀਂ ਆਪਣੀ ਜੌਬ ਅਪਲਾਈ ਕਰਕੇ ਫਰਦਰ ਆਪਣੀ ਇਨਡੈਫਿਨਿਟ ਸਟੇ ਜਾਣ ਕੇ PR ਵੀ ਅਪਲਾਈ ਕਰ ਸਕਦੇ ਹੋ। ਸੋ ਬੜਾ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਦੋਸਤੋ। ਯੂਕੇ 'ਚ 2009 ਤੋਂ 2011  'ਚ ਹੋਇਆ, ਉਹ ਹਿਸਟਰੀ ਰਿਪੀਟ ਨਾ ਕਰਿਓ। ਜੇ ਯੂਨੀਵਰਸਿਟੀ ਪੜ੍ਹਨ ਜਾਓਗੇ ਤਾਂ ਅੱਗੇ ਬੈਨੀਫਿਟ ਮਿਲਣਗੇ, ਅਗਰ ਯੂਨੀਵਰਸਿਟੀ ਨਹੀਂ ਪੜ੍ਹਨ ਜਾਓਗੇ ਤਾਂ ਪ੍ਰੋਬਲਮਸ ਹੋਣਗੀਆਂ ਜੀ। ਸੋ ਫੋਨ ਨੰਬਰ ਜੀ ਤੁਹਾਡੀ ਸਕਰੀਨ ਦੇ ਉੱਤੇ, ਤੁਸੀਂ ਸਾਨੂੰ ਫੋਨ ਜ਼ਰੂਰ ਕਰ ਸਕਦੇ ਹੋ ਜੀ। ਲਾਈਵ ਪ੍ਰੋਗਰਾਮ ਫਿਲਹਾਲ ਚੱਲ ਰਿਹਾ ਸੀ ਸਾਡਾ ਕਿੰਚਾਮਾ ਪਰਦੇਸ, ਤੇ ਸੁਖਚੈਨ ਸਿੰਘ ਰਾਹੀ, ਸਟੱਡੀ ਵੀਜ਼ਾ ਐਕਸਪਰਟ, RS ਗਲੋਬਲ ਕੰਸਲਟੈਂਸੀ ਤੋਂ। ਤੁਸੀਂ ਕਿਹਾ ਨਾ ਵੀ ਵਿਦਆਊਟ, ਮਾਫ ਕਰਨਾ, ਜਿਹੜੀ ਫੀਸ ਹੈਗੀ ਆ ਉਹ ਆਫਟਰ ਵੀਜ਼ਾ, ਬਿਲਕੁਲ। ਇਹ ਬੜਾ ਇੱਕ ਨਵਾਂ ਹੀ ਇਸ ਸੋਸ਼ਾ, ਬਿਲਕੁਲ ਇਹ ਸੋਸ਼ਾ ਛੱਡਿਆ ਜੀ ਉਹਨਾਂ ਏਜੰਟਸ ਨੇ। ਫੀਸ ਆਫਟਰ ਵੀਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣੀ, ਕਿਉਂਕਿ ਅਗਰ ਤੁਸੀਂ, ਮੈਂ ਟੋਟਲ ਦੱਸਦਾ, ਪੁਆਇੰਟ ਬੇਸ ਸਿਸਟਮ ਆ ਯੂਕੇ ਦਾ, ਟੋਟਲ 40 ਪੁਆਇੰਟ ਦੇ ਬੇਸਿਸ ਤੇ ਵੀਜ਼ਾ ਮਿਲਣਾ। ਤੁਸੀਂ ਆਪਣੇ ਜਿਹੜੀ ਅੰਬੈਸੀ ਦੀ ਗਾਈਡਲਾਈਨ ਪੜ੍ਹ ਕੇ ਵੇਖ ਲਓ, 30 ਪੁਆਇੰਟ ਮਿਲਣੇ ਤੁਹਾਨੂੰ ਯੂਨੀਵਰਸਿਟੀ ਦੀ ਕੈਸ਼ ਲੈਟਰ ਦੇ, 10 ਪੁਆਇੰਟ ਮਿਲਣੇ ਤੁਹਾਨੂੰ ਤੁਹਾਡੇ ਫੰਡਸ ਦੇ। ਤੋ ਯੂਨੀਵਰਸਿਟੀ ਦੀ ਕੈਸ਼ ਲੈਟਰ ਉਦੋਂ ਮਿਲਣੀ ਹੈ ਜਦੋਂ ਯੂਨੀਵਰਸਿਟੀ ਦੀ ਫੀਸ ਡਿਪੋਜ਼ਿਟ ਕੀਤੀ ਹੋਏਗੀ। ਕਿਸੇ ਯੂਨੀਵਰਸਿਟੀ ਦਾ ਡਿਪੋਜ਼ਿਟ 3000 ਪਾਉਂਡ ਦਾ, ਕਿਸੇ ਦਾ 5000 ਪਾਉਂਡ ਦਾ, ਕਿਸੇ ਦਾ 7000 ਪਾਉਂਡ ਦਾ, ਉਹ ਤੁਸੀਂ ਫੀਸ ਡਿਪੋਜ਼ਿਟ ਕਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਫੋਰ ਅਸੈਪਟੈਂਸ ਆਫ ਸਟੱਡੀਜ਼, ਜਿਹਨੂੰ ਕੈਸ਼ ਲੈਟਰ ਕਹਿੰਦੇ ਹੋ, ਮਿਲਣਾ। ਉਹਦੇ ਬੇਸ 'ਤੇ ਤੁਸੀਂ ਜਦੋਂ ਅੰਬੈਸੀ 'ਚ ਕੇਸ ਅਲੋਜ ਕਰਨਾ, ਤੁਸੀਂ ਆਪਣੇ 30 ਪੁਆਇੰਟ ਅੰਬੈਸੀ 'ਚ ਕਲੇਮ ਕਰ ਸਕਦੇ ਹਾਂ। ਉਹਨੂੰ ਕੋਈ ਅੰਬੈਸੀ ਫਿਰ ਉਹਨੂੰ ਕੋਈ ਵੀਜ਼ਾ ਆਫਿਸਰ ਚੈਲੇਂਜ ਨਹੀਂ ਕਰ ਸਕਦਾ। ਜਦੋਂ ਬਾਕੀ ਤੇ ਬਾਕੀ 10 ਪੁਆਇੰਟ ਦੀ ਗੱਲ ਹੁੰਦੀ, ਹੁਣ ਹੋਣਾ ਕੀ, ਆਮ ਤੌਰ ਤੇ ਏਜੰਟਾਂ ਨੇ ਫਿਰ ਨਵੇਂ ਨਵੇਂ ਹੱਥ ਕੰਡੇ ਬਣਾਉਣੇ ਆ ਬੱਚਿਆਂ ਨੂੰ ਮਿਸਗਾਈਡ ਕਰਨ ਦੇ, 10 ਪੁਆਇੰਟ ਦੇ ਬੇਸਿਸ ਤੇ ਵੀਜ਼ਾ ਆਫਿਸਰ ਵੀਜ਼ਾ ਰਿਫਿਊਜ਼ ਕਰ ਸਕਦਾ। ਹੁਣ ਜਿਹੜੇ ਤੁਹਾਡੇ ਫੰਡਸ ਨੇ ਉਹ 28 ਦਿਨ ਪੁਰਾਣੇ ਹੋਣੇ ਚਾਹੀਦੇ ਆ। ਜਿੰਨੇ ਤੁਹਾਨੂੰ ਫੰਡਸ ਦੀ ਰਿਕੁਆਇਰਮੈਂਟ ਆ, ਫੋਰ ਐਗਜ਼ਾਮਪਲ ਟੋਟਲ 1 ਸਾਲ ਦੀ ਫੀਸ 10000 ਪਾਉਂਡ ਹੈ, ਤੁਸੀਂ 5000 ਪਾਉਂਡ ਪੇ ਕਰ ਦਿੱਤੀ, ਬਾਕੀ ਦੇ 5000 ਬੈਲੈਂਸ ਰਹਿ ਗਈ, ਉਹ ਪਲੱਸ ਲਿਵਿੰਗ ਐਕਸਪੈਂਸਿਸ 9100 ਪਾਉਂਡ ਜਾਂ 1100 ਪਾਉਂਡ, ਉਹ ਮਿਲਾ ਕੇ ਟੋਟਲ ਜੋ 85 ਰੁਪਏ ਗੁਣਾ ਕਰਕੇ ਪਾਉਂਡ ਦੇ ਰੇਟ ਬਣਦਾ, ਅਗਰ $1 ਵੀ ਘੱਟ ਹੈ, 1 ਪਾਉਂਡ ਵੀ ਘੱਟ ਹੈ, ਤਾਂ ਫੰਡ ਦੇ 10 ਪੁਆਇੰਟ ਤੁਹਾਡੀ ਕਲੇਮ ਨਹੀਂ ਕੀਤੀ ਜਾ ਸਕਦੀ। ਓ ਜੀ, ਸੋ ਸਾਡੇ ਨਾਲ ਕਾਲਜ ਹੁਣੇ ਸ਼ੁਰੂ ਹੋ ਚੁੱਕੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੌਣ? ਲੁਧਿਆਣਾ ਜ਼ਿਲ੍ਹੇ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਸਰ, ਸਵਾਲ ਪੁੱਛੋ। ਆਪਣੇ ਬੇਟੇ ਨੇ ਆਇਲਟਸ ਕੀਤਾ ਜੀ, ਉਹਦੇ ਮਤਲਬ ਓਵਰਆਲ 6.5 ਬੈਂਡ ਆਏ ਨੇ ਤੇ ਇੱਕ ਦੇ ਵਿੱਚੋਂ 5 ਰਹਿ ਗਏ ਜੀ। ਓਕੇ, ਕੁਆਲੀਫਿਕੇਸ਼ਨ ਕੀ ਹੈ ਜੀ ਬੇਟੇ ਦੀ? ਵਾਦੀ ਬਾਈ ਸਮਝੀ 10 ਪਲੱਸ 2 ਕੀਤੀ ਹੈ, 88% ਨੰਬਰ ਨੇ। ਕਿਹੜੇ ਸਾਲ ਚ ਪਾਸ ਆਊਟ ਹੈ ਪਲੱਸ 2? ਹਾਂਜੀ ਹਾਂਜੀ ਪਲੱਸ 2। ਕਿਹੜੀ ਕੰਟਰੀ, ਕਿਹੜੇ ਸਾਲ ਚ ਪਾਸ ਕੀਤੀ ਜੀ ਪਲੱਸ 2? ਉਹਨੇ ਕੀਤੀ ਹੈ ਜੀ 2019। ਕਿਹੜੀ ਕੰਟਰੀ ਭੇਜਣ ਦਾ ਪਲਾਨ ਕਰ ਰਹੇ ਹੋ? ਕੈਨੇਡਾ ਭੇਜਣ ਦਾ ਪਲਾਨ ਕਰ ਰਹੇ। ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ ਤੇ ਬੜੀ ਲਾਗੇ ਜਾ ਕੇ ਨੁਕਸਾਨ ਹੋਏਗਾ, ਕਿਉਂਕਿ 1 ਚੋਂ 5 ਬੈਂਡ ਆ, ਵੀਜ਼ਾ ਚਾਂਸਸ 50-50 ਹੈ। ਮੈਂ ਨਹੀਂ ਕਹੂੰਗਾ ਕਿ ਤੁਸੀਂ SDS ਕੈਟਾਗਰੀ 'ਚ ਕੇਸ ਅਪਲਾਈ ਕਰ ਸਕਦੇ ਹੋ, ਬੈਟਰ ਹੈ ਜੇ ਓਵਰਆਲ 6.5 ਆ ਗਏ ਆ ਤਾਂ ਬੱਚੇ ਨੂੰ ਇੱਕ ਵਾਰ ਦੁਬਾਰਾ ਪੇਪਰ ਅਟੈਂਪਟ ਕਰਾ ਦਿਓ। ਤੁਹਾਡੇ ਓਵਰਆਲ 6 ਬੈਂਡ ਹੈ, 1 ਚੋਂ 5.5 ਹੈ, ਤੁਸੀਂ ਫਿਰ ਵੀ ਨੋਨ SDS ਕੈਟਾਗਰੀ 'ਚ ਵੀਜ਼ੇ ਦੀ ਚੰਗੀ ਉਮੀਦ ਕਰ ਸਕਦੇ ਆ। ਪਰ ਜੇ ਓਵਰਆਲ 6 ਬੈਂਡ ਆ ਜਾਂ 6.5 ਆ, ਬਟ 1 ਚੋਂ 5 ਰਹਿ ਗਏ ਜਾਂ 2 ਚੋਂ 5.5 ਰਹਿ ਗਏ, ਫਿਰ ਵੀਜ਼ਾ ਚਾਂਸ ਘੱਟ ਆ। ਮੈਂ ਨਹੀਂ ਚਾਹੂੰਗਾ ਕਿ ਤੁਸੀਂ ਰਿਸਕ ਲਓ 10-20-50 ਹਜ਼ਾਰ ਰੁਪਏ ਦਾ ਕਿਸੇ ਏਜੰਟ ਦੀ ਗੱਲਾਂ ਚਾਹ ਕੇ ਕਿ ਆਫਟਰ ਫੀਸ, ਆਫਟਰ ਵੀਜ਼ਾ ਫੀਸ ਲਵਾਂਗੇ। ਉਸ ਤੋਂ ਬੈਟਰ 10-12 ਹਜ਼ਾਰ ਫੀਸ ਪੇ ਕਰਕੇ ਕਰਦਾਰਾ ਬੱਚੇ ਦਾ ਅਟੈਂਪਟ ਕਰਾ ਲਓ, 5.5 ਈਚ ਆ ਜਾਣਗੇ, ਤਾਂ ਫਿਰ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ। ਨੈਕਸਟ ਕਾਲਰ ਸਾਡੇ ਨਾਲ, ਹੈਲੋ, ਵੈਰੀ ਗੁੱਡ ਈਵਨਿੰਗ ਜੀ, ਕੌਣ ਬੋਲ ਰਹੇ ਹੋ? ਹਾਂਜੀ ਸਰ, ਸਵਾਲ ਪੁੱਛੋ। ਮੈਮ, ਅਕਾਊਂਟੈਂਟ ਦੀ ਰਿਕੁਆਇਰਮੈਂਟ ਹੈ ਆਪਕੇ ਪਾਸ? ਸੌਰੀ, ਅਕਾਊਂਟੈਂਟ ਤੁਸੀਂ ਕਿੱਥੇ ਵਾਸਤੇ ਚਾਹੁੰਦੇ ਹੋ ਜੀ?
ਸੌਰੀ ਡੀਅਰ, ਅਸੀਂ ਕਿਸੇ ਵੀ, ਮੈਂ ਫਿਰ ਅਨਾਊਂਸ ਕਰਦੇ ਹਾਂ, ਅਸੀਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਕੰਟਰੀ 'ਚ ਵਰਕ ਪਰਮਿਟ ਨੂੰ ਡੀਲ ਜਾਂ ਪ੍ਰਮੋਟ ਨਹੀਂ ਕਰਦੇ ਜੀ। ਅਸੀਂ ਕੇਵਲ ਔਰ ਕੇਵਲ ਐਜੂਕੇਸ਼ਨਲ ਕੰਸਲਟੈਂਟ ਹਾਂ। ਓਵਰਸੀਜ਼ ਐਜੂਕੇਸ਼ਨ ਦੇ ਸੰਬੰਧੀ ਤੁਸੀਂ ਕਿਸੇ ਵੀ ਕੰਟਰੀ ਪੜ੍ਹਨ ਜਾਣਾ, ਆਰ ਐਸ ਗੋਬਲ ਦੇ ਕੋਲ ਤਕਰੀਬਨ 30 ਤੋਂ ਉੱਪਰ ਕੰਟਰੀਜ਼ ਅਤੇ 3000 ਤੋਂ ਉੱਪਰ ਯੂਨੀਵਰਸਿਟੀਜ਼ ਕਾਲਜ ਦੀ ਲਿਸਟ ਅਵੇਲੇਬਲ ਆ। ਤੁਸੀਂ ਕਿਸੇ ਕੰਟਰੀ ਪੜ੍ਹਨ ਜਾਣਾ ਚਾਹੁੰਦੇ ਹੋ, ਕਿਸੇ ਕੰਟਰੀ 'ਚ ਘੁੰਮਣ ਫਿਰਨ ਲਈ ਟੂਰਿਸਟ ਵੀਜ਼ਾ ਜਾਣਾ ਚਾਹੁੰਦੇ ਹੋ, ਆਪਣੇ ਪਰਿਵਾਰਕ ਮੈਂਬਰ ਨੂੰ ਮਿਲਣ ਜਾਣਾ ਚਾਹੁੰਦੇ ਹੋ, ਜਾਂ ਫਿਰ ਪੱਕੇ ਤੌਰ 'ਤੇ ਪੁਆਇੰਟ ਬੇਸਿਸ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਇਹਨਾਂ ਸਰਵਿਸਿਜ਼ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਬਟ ਵਰਕ ਪਰਮਿਟ ਡੀਲ ਅਸੀਂ ਨਹੀਂ ਕਰਦੇ ਜੀ। ਕਾਲਰ ਸਾਡੇ ਨਾਲ, ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਥੋੜਾ ਜ਼ੋਰ ਦੀ ਬੋਲੋਗੇ, ਲਾਊਡ ਬੋਲੋ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ। ਠੀਕ ਹੈ ਮੈਡਮ, ਜੀ ਬੋਲਦੇ ਨੂੰ ਫੋਲਡ ਕਰੋ। ਮੈਡਮ ਜੇ ਆਪਾਂ ਸਟੇਡੀਅਮ ਪਲਸ ਵੀਜ਼ਾ ਅਪਲਾਈ ਕਰਨਾ ਹੋਵੇ, ਹਾਂ ਹਾਂ, ਤਾਂ ਕੀ ਕੀ ਡਾਕੂਮੈਂਟ ਚਾਹੀਦੇ ਹਨ? ਆਸਟ੍ਰੇਲੀਆ ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਨਾ, ਰਾਈਟ? ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕਿ ਸਟੱਡੀ ਵੀਜ਼ਾ? ਤੁਹਾਡੇ ਕੋਲ ਕੋਈ ਉੱਥੇ ਰਿਲੇਟਿਵ ਹੈ ਜੋ ਤੁਹਾਨੂੰ ਰਾਹਦਾਰੀ ਜਾਂ ਸਪੌਂਸਰਸ਼ਿਪ ਭੇਜ ਸਕੇ ਆਸਟ੍ਰੇਲੀਆ ਤੋਂ? ਨਹੀਂ, ਪਰ ਜੀ ਮੇਰੇ ਫਾਦਰ ਤਾਂ ਆਲਰੇਡੀ ਜਾਂਦੇ ਨੇ ਉਹ। ਤੇ ਹੁਣ ਤੁਹਾਡਾ ਆਸਟ੍ਰੇਲੀਆ 'ਚ ਕੌਣ ਆ ਜਿਹਨੂੰ ਮਿਲਣ ਚੱਲੇ ਹੋ? ਆਸਟ੍ਰੇਲੀਆ ਤੁਹਾਡਾ ਕੌਣ ਆ ਜਿਹਨੂੰ ਮਿਲਣ ਜਾਣਾ ਚਾਹੁੰਦੇ ਹੋ? ਭਾਜੀ ਗੱਲ ਤੁਹਾਡੀ ਨਾ ਕਲੀਅਰ ਨਹੀਂ ਆ ਰਹੀ ਜੋ ਤੁਸੀਂ ਕਹਿ ਰਹੇ ਹੋ। ਉੱਥੇ ਕੋਈ ਆਪਣਾ ਰਿਸ਼ਤੇਦਾਰ ਨਹੀਂ ਹੈ। ਓਕੇ, ਤੇ ਇੱਥੇ ਇੰਡੀਆ 'ਚ ਕੀ ਕੰਮ ਕਾਰ ਕਰਦੇ ਹੋ, ਜੌਬ ਜਾਂ ਬਿਜ਼ਨਸ ਕੀ ਕਰਦੇ ਹੋ? ਠੀਕ ਹੈ ਜੀ। ਸਰ ਉਹ ਡੈਡੀ ਕੋਲ ਹੈ ਨਾ, ਡੈਡੀ ਦਾ ਵੀਜ਼ਾ ਨਹੀਂ ਅਪਲਾਈ ਕਰਨਾ, ਹੁਣ ਤੁਹਾਡਾ ਵੀਜ਼ਾ ਅਪਲਾਈ ਕਰਨਾ ਹੈ। ਤੁਸੀਂ ਆਪਣੀ ਆਮਦਨ ਦੇ ਪਰੂਫ, ਦੋ ਸਾਲਾਂ ਦੇ ਆਮਦਨ ਦੇ ਪਰੂਫ, ਪਲੱਸ ਆਪਣੇ 6 ਮਹੀਨੇ ਪੁਰਾਣੇ ਬੈਂਕਾਂ 'ਚ ਜੋ ਵੀ ਜਮ੍ਹਾਂ ਪੂੰਜੀ ਸੇਵਿੰਗਸ ਜਾਂ ਐਫ ਡੀ ਜੋੜੀ ਹੈ, ਉਹਦੇ ਬੇਸਿਸ 'ਤੇ ਤੁਸੀਂ ਕਿਸੇ ਚੰਗੀ ਕੰਪਨੀ ਦਾ ਟੂਰ ਪੈਕੇਜ ਬੁੱਕ ਕਰਾ ਕੇ ਘੁੰਮਣ ਜਾ ਸਕਦੇ ਹੋ। ਬਟ ਇਸ ਗੱਲ ਦਾ ਖਿਆਲ ਰੱਖੋ, ਤੁਹਾਡੇ ਡੈਡੀ ਕੋਲ ਕੈਨੇਡਾ ਦਾ ਵੀਜ਼ਾ ਹੈ ਜਾਂ ਆਸਟ੍ਰੇਲੀਆ ਵੀਜ਼ਾ ਹੈ, ਉਹਦੇ ਨਾਲ ਤੁਹਾਡੇ ਵੀਜ਼ੇ 'ਤੇ ਕੋਈ ਫਰਕ ਨਹੀਂ ਪੈਣਾ। ਤੁਹਾਨੂੰ ਆਪਣੀ ਇਮੀਗ੍ਰੇਸ਼ਨ ਹਿਸਟਰੀ ਆਪ ਦਿਖਾਉਣੀ ਪਏਗੀ ਕਿ ਮੈਂ ਇੱਕ ਜੈਨੂਨ ਟੂਰਿਸਟ ਹਾਂ, ਜੈਨੂਨ ਵਿਜ਼ਿਟਰ ਹਾਂ, ਮੈਂ ਆਸਟ੍ਰੇਲੀਆ 15 ਦਿਨ ਜਾਂ 20 ਦਿਨ ਜਾਂ ਮਹੀਨਾ ਘੁੰਮ ਕੇ ਵਾਪਸ ਆਪਣੀ ਕੰਟਰੀ 'ਚ ਵਾਪਸ ਆਉਣ ਦੀ ਜ਼ਰੂਰਤ ਜਾਂ ਹਿੰਮਤ ਜਾਂ ਰੀਜ਼ਨ ਰੱਖਦਾ। ਸੋ ਤੁਸੀਂ ਦੇਖਣਾ ਕਿ ਤੁਹਾਡੇ ਇੱਥੇ ਵਾਪਸ ਆਉਣ ਦੀਆਂ ਕਿਹੜੀਆਂ ਸ਼ਰਤਾਂ ਤੁਹਾਨੂੰ ਮਜਬੂਰ ਕਰ ਰਹੀਆਂ ਨੇ, ਤੁਹਾਡੇ ਇੱਥੇ ਫਾਈਨੈਂਸ਼ੀਅਲ ਸਰਕਮਸਟਾਂਸਿਸ, ਤੁਹਾਡੇ ਫੈਮਿਲੀ ਸਰਕਮਸਟਾਂਸਿਸ ਜਾਂ ਸੋਸ਼ਲ ਸਰਕਮਸਟਾਂਸਿਸ ਜੋ ਇੰਡੀਆ 'ਚ ਹੁਣ ਤੁਹਾਨੂੰ ਮਜਬੂਰ ਕਰ ਰਹੇ ਨੇ। ਤੋ ਜੇ ਤੁਸੀਂ ਆਪਣੀ ਇੱਥੇ ਕੰਮ, ਜੋਬ, ਬਿਜ਼ਨਸ ਦਾ ਕੁਝ ਪ੍ਰੂਫ ਦਿਖਾਓਗੇ ਤਾਂ ਹੀ ਵੀਜ਼ਾ ਮਿਲਣਾ, ਅਦਰਵਾਈਜ਼ ਵੀਜ਼ਾ ਨਹੀਂ ਮਿਲਣਾ ਜੀ। ਨੈਕਸਟ ਕਾਲਰ ਸਾਡੇ ਨਾਲ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਵਾਲ? ਇਟਲੀ? ਕਿਹੜੇ ਵੀਜ਼ਾ ਬਾਰੇ ਪੁੱਛਣਾ ਚਾਹੁੰਦੇ ਹੋ ਸਰ? ਕਿਹੜੇ ਵੀਜ਼ਾ ਬਾਰੇ ਪੁੱਛਣਾ ਚਾਹੁੰਦੇ ਹੋ? ਤੁਸੀਂ ਇਟਲੀ ਸਟੱਡੀ ਵੀਜ਼ਾ ਚਾਹੁੰਦੇ ਹੋ ਜਾਂ ਟੂਰਿਸਟ ਵੀਜ਼ਾ ਚਾਹੁੰਦੇ ਹੋ? ਮੈਂ ਟੂਰਿਸਟ ਵੀਜ਼ਾ ਚਾਹੁੰਦਾ ਹਾਂ। ਇਟਲੀ 'ਚ ਤੁਹਾਡਾ ਕੋਈ ਰਿਸ਼ਤੇਦਾਰ ਹੋਏਗਾ ਜਿਹਨੂੰ ਮਿਲਣ ਜਾਣਾ? ਹਾਂ, ਮੇਰਾ ਬੇਟਾ ਉੱਥੇ। ਵੈਰੀ ਗੁੱਡ, ਬੇਟੇ ਕੋਲੋਂ ਫਿਰ ਰਾਹਦਾਰੀ ਮੰਗਾ ਲਓ, ਸਪਾਂਸਰ ਮੰਗਾ ਲਓ, ਔਰ ਇੰਡੀਆ ਤੋਂ ਤੁਸੀਂ ਆਪਣੇ ਜੋ ਵੀ ਕੰਮ ਜਾਂ ਜੌਬ ਜਾਂ ਬਿਜ਼ਨਸ ਜਾਂ ਖੇਤੀਬਾੜੀ ਕਰਦੇ ਹੋ ਉਹਦੇ ਪ੍ਰੂਫ ਨਾਲ ਲਗਾ ਕੇ ਆਪਣੇ ਆਉਣ ਜਾਣ ਦਾ ਖਰਚਾ ਦਿਖਾਉਣ ਜੋਗੇ ਬੈਂਕਾਂ 'ਚ 2-4 ਲੱਖ ਰੁਪਏ ਆਪਣੀ ਐਫ ਡੀ ਜਾਂ ਸੇਵਿੰਗ ਦਿਖਾ ਕੇ ਵੀਜ਼ਾ ਲੈ ਸਕਦੇ ਹੋ। ਤੁਹਾਨੂੰ ਲੱਗਦਾ ਟੂਰਿਸਟ ਕਾਲਸ ਦੇ ਕਾਫੀ ਇੱਥੇ ਜ਼ਿਆਦਾ ਹੈਗਾ, ਮੈਂ ਓਵਰਆਲ ਸਾਰਿਆਂ ਨੂੰ ਦੱਸ ਦੇਣਾ ਕਵਿਤਾ ਜੀ, ਤੁਸੀਂ ਕਿਸੇ ਵੀ ਕੰਟਰੀ ਘੁੰਮਣ ਜਾਣਾ, ਤੁਸੀਂ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਕਿਸੇ ਵੀ ਕੰਟਰੀ 'ਚ ਘੁੰਮਣ ਜਾਣਾ, ਚਾਹੇ ਕੋਈ ਰਿਲੇਟਿਵ ਹੈ ਚਾਹੇ ਨਹੀਂ ਹੈ, ਕੋਈ ਬੱਚਾ ਤੁਹਾਡਾ ਫੈਮਿਲੀ ਮੈਂਬਰ ਉੱਤੇ ਰਹਿੰਦਾ ਜਾਂ ਨਹੀਂ ਰਹਿੰਦਾ, ਦੋ ਚੀਜ਼ਾਂ ਦਿਖਾਉਣੀਆਂ ਪੈਣਗੀਆਂ ਵੀਜ਼ਾ ਆਫੀਸਰ ਨੂੰ। ਨੰਬਰ 1, ਤੁਹਾਡੇ ਜਾਣ ਦਾ ਕਾਰਨ ਕੀ ਆ, ਰੀਜ਼ਨ ਟੂ ਗੋ, ਕਿਉਂ ਜਾਣਾ ਚਾਹੁੰਦੇ ਹੋ, ਕੀ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਚਾਹੁੰਦੇ ਹੋ, ਕਿਸੇ ਗਮੀ ਤੇ ਕਿਸੇ ਖੁਸ਼ੀ ਤੇ ਅਟੈਂਡ ਕਰਨ ਜਾਣਾ ਚਾਹੁੰਦੇ ਹੋ, ਜਾਂ ਫਿਰ ਆਪਣੇ ਪਰਿਵਾਰ ਨਾਲ ਸੈਰ ਸਪਾਟੇ ਲਈ ਘੁੰਮਣ ਜਾਣਾ ਚਾਹੁੰਦੇ ਹੋ। ਦੂਸਰਾ, ਤੁਸੀਂ ਵਾਪਸ ਇੰਡੀਆ ਆਓਗੇ, ਇੱਥੇ ਤੁਹਾਡੀ ਵਾਪਸ ਆਉਣ ਦੀ ਮਜਬੂਰੀ ਕੀ ਹੈ? ਹੁਣ ਮਜਬੂਰੀ 'ਚ ਬੱਚਾ ਕਿਉਂ, ਬੰਦਾ ਕਿਉਂ ਵਾਪਸ ਆਉਂਦਾ? ਜਾਂ ਤਾਂ ਇੱਥੇ ਪਰਿਵਾਰ ਹੈ, ਬੱਚੇ ਹੈ, ਵਾਈਫ ਹੈ, ਉਹਦੀ ਫੈਮਿਲੀ ਹੈ, ਜਾਂ ਵਾਪਸ ਆਏਗਾ ਉਹਦੀ ਇੱਥੇ ਕੋਈ ਜੋਬ ਆ ਪਰਮਾਨੈਂਟ, ਜਾਂ ਵਾਪਸ ਆਏਗਾ ਉਹਦਾ ਆਪਣੇ ਇੱਥੇ ਕਾਰੋਬਾਰ ਆ, ਬਿਜ਼ਨਸ ਆ, ਫੈਕਟਰੀ ਹੈ। ਸੋ ਇਹੋ ਜਿਹੇ ਤੁਹਾਨੂੰ ਹਾਲਾਤ ਦਿਖਾਉਣੇ ਪੈਣਗੇ ਜੋ ਵੀਜ਼ਾ ਆਫਿਸ ਨੂੰ ਮਜਬੂਰ ਕਰਨ ਇਹ ਸੋਚਣ ਲਈ ਕਿ ਇਹਦੇ ਕੋਲ ਵਾਪਸ ਆਉਣ ਦੇ ਸਟਰੋਂਗ ਟਾਈਜ਼ ਵਾਪਸ ਹੈਗੇ ਨੇ। ਸੋ ਜੇ ਇੱਥੇ ਕੋਈ ਜੋਬ ਨਹੀਂ ਕਰਦੇ, ਕੰਮ ਧੰਦਾ ਬਿਜ਼ਨਸ ਨਹੀਂ ਹੈਗਾ, ਫਿਰ ਟੂਰਿਸਟ ਵੀਜ਼ਾ ਮਿਲਣਾ ਕਾਫੀ ਔਖਾ ਜੀ। ਸੋ ਨੈਕਸਟ ਕਾਲਰ, ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਯੂਕੇ ਬਾਰੇ ਸਰ ਕੋਈ ਜਾਣਕਾਰੀ ਲੈਣੀ ਸੀ। ਯੂਕੇ ਕੀ ਕੁਆਲੀਫਿਕੇਸ਼ਨ ਕੀ ਆ ਡੀਅਰ ਤੁਹਾਡੀ? ਅਜੇ 2011 ਵਿੱਚ ਪਲੱਸ 2 ਕੀਤੀ ਹੋਈ ਆ। ਉਸ ਤੋਂ ਬਾਅਦ ਤੇ ਸਾਡੀ 12-13 ਇੰਚ ਕੰਪਿਊਟਰ ਦਾ 2 ਸਾਲ ਦਾ ਡਿਪਲੋਮਾ ਤੇ ਸਾਡੀ ਉਸ ਤੋਂ ਬਾਅਦ 2 ਸਾਲ ਦੀ ਆਈਟੀਆਈ ਕੀਤੀ ਹੈ, ਗਵਰਨਮੈਂਟ ਆਈਟੀਆਈ ਲੈਕਚਰ। ਓਕੇ, ਤੇ ਆਈਲਟਸ ਕੀਤੀ ਕਿ ਨਹੀਂ? 6 ਬੈਂਡ ਲੈਸ ਦਨ 5.5 ਹੈ ਤੇ ਕੁੰਡੇ ਉਹਦੇ 5 ਬੈਂਡ।
ਵੈਰੀ ਗੁੱਡ ਜੀ, ਦੇ ਤੁਹਾਡੇ ਨੰਬਰ 60% ਇੰਗਲਿਸ਼ ਚੋਂ ਨਹੀਂ ਵੀ ਹੈਗੇ ਤਾਂ ਵੀ ਤੁਸੀਂ ਆਇਲਸ ਦੇ ਸਰਟੀਫਿਕੇਟ ਦੇ ਬੇਸਿਸ ਤੇ ਜਾ ਸਕਦੇ ਹੋ। ਜਨਵਰੀ ਦਾ ਇਨਟੇਕ ਅਵੇਲੇਬਲ ਆ ਦੋਸਤ, 2011 ਤੋਂ ਲੈ ਕੇ ਹੁਣ ਤੱਕ ਜੋ ਵੀ ਕੀਤਾ ਉਹਦੇ ਵਿੱਚ ਦੱਸਿਆ ਕਿ ਮੈਂ 2 ਸਾਲ ਦਾ ਡਿਪਲੋਮਾ ਕੀਤਾ ਕੰਪਿਊਟਰ ਦਾ, ਫਿਰ ITI ਕੀਤੀ, ਫਿਰ ਕੋਈ ਜੋਬ ਕੀਤੀ, ਉਹਦੇ ਪੂਰੇ ਪ੍ਰੂਫ ਨਾਲ ਲੈ ਕੇ ਮੈਨੂੰ ਦਫ਼ਤਰ ਆ ਕੇ ਮਿਲ ਲਓ। ਕੱਲ ਨੂੰ ਮੈਂ ਮੋਹਾਲੀ ਦਫ਼ਤਰ 'ਚ ਅਵੇਲੇਬਲ ਹਾਂ ਜੋ ਕਿ 70 ਸੈਕਟਰ 'ਚ ਹੈ, ਮੰਡੇ ਨੂੰ ਮੈਂ ਜਲੰਧਰ ਦਫ਼ਤਰ ਅਵੇਲੇਬਲ ਹਾਂ, ਤੁਸੀਂ ਜਲੰਧਰ ਮੋਹਾਲੀ ਜਾਂ ਨਵਾਂ ਸ਼ਹਿਰ ਕਿਸੇ ਵੀ ਦਫ਼ਤਰ 'ਚ ਆ ਕੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਆਪਣਾ ਸੰਪਰਕ ਕਰ ਸਕਦੇ ਹੋ, ਆਪਣੇ ਡਾਕੂਮੈਂਟ ਨਾਲ ਲੈ ਕੇ। ਓਵਰਆਲ 6 ਬੈਂਡ 5.5 ਇੰਚ ਹੈ, ਵੀਜ਼ਾ ਲੱਗਣ 'ਚ ਕੋਈ ਸਮੱਸਿਆ ਨਹੀਂ। ਅੱਜ ਮੈਂ ਇਸੇ ਗੱਲ ਕਲੀਅਰ ਕਰਦੇ ਹਾਂ, ਤੁਹਾਡੀ ਪੜ੍ਹਾਈ 'ਚ 4-5 ਸਾਲ 6 ਸਾਲ ਦਾ ਗੈਪ ਵੀ ਹੈ ਨਾ, ਤੁਸੀਂ ਅੱਜ ਤੁਹਾਡੀ ਉਮਰ ਮੰਨ ਲਓ 35 ਸਾਲ ਵੀ ਹੈ, ਤੁਹਾਡੀ 40 ਸਾਲ ਉਮਰ ਵੀ ਹੈ, ਤੁਸੀਂ ਤਾਂ ਵੀ UK ਪੜ੍ਹਨ ਜਾ ਸਕਦੇ ਹੋ। ਕੈਨੇਡਾ ਵਾਂਗ, ਆਸਟ੍ਰੇਲੀਆ ਵਾਂਗ ਜਾਂ ਹੋਰਨਾਂ ਮੁਲਕਾਂ ਵਾਂਗ UK ਕਦੀ ਇਸ ਗੱਲ 'ਤੇ ਵੀਜ਼ਾ ਰਿਫਿਊਜ਼ ਨਹੀਂ ਕਰੇਗਾ ਵੀ ਤੁਹਾਡੀ ਓਵਰ ਹੁਣ ਸਟੱਡੀ ਦੀ ਨਿਕਲ ਗਈ ਜਾਂ ਤੁਸੀਂ ਵਾਪਸ ਨਹੀਂ ਆਉਣਾ। ਉਹਨਾਂ ਦਾ ਬੇਸਿਸ ਉਹ ਜਿਹੜੀ ਪ੍ਰੋਬੇਬਿਲਟੀ ਦੇ ਬੇਸਿਸ 'ਤੇ ਵੀਜ਼ਾ ਅਫਸਰ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦਾ, ਕਿਉਂਕਿ ਤੁਹਾਨੂੰ 40 ਪੁਆਇੰਟ ਪੂਰੇ ਕਰਨੇ ਆ। ਅਗਰ ਯੂਨੀਵਰਸਿਟੀ ਤੁਹਾਨੂੰ ਦਾਖਲਾ ਦੇਣ ਨੂੰ ਤਿਆਰ ਹੈ, ਤੁਹਾਡੇ ਕੋਲ ਫੀਸਾਂ ਭਰਨ ਜੋਗੇ ਪੈਸੇ ਹੈਗੇ ਨੇ, ਤੁਸੀਂ ਵੀਜ਼ਾ ਲੈਣ ਦੇ ਹੱਕਦਾਰ ਹੋ। ਸੋ ਇਸ ਗੈਪ ਦੀ ਕੋਈ ਸਮੱਸਿਆ ਨਹੀਂ, ਕੋਈ ਤੁਸੀਂ ਡਿਪਲੋਮਾ ਕੀਤਾ ਔਰ ITI ਕੀਤੀ ਹੈ, ਤੁਸੀਂ ਜਲੰਧਰ ਮੋਹਾਲੀ ਨਵਾਂ ਸ਼ਹਿਰ ਦਫ਼ਤਰ ਜਾ ਕੇ ਆਪਣਾ ਜਨਵਰੀ ਕੇਸ ਲਾਈਵ ਪ੍ਰੋਗਰਾਮ ਫਿਲਹਾਲ ਤੁਸੀਂ ਸਾਡਾ ਵੇਖ ਰਹੇ ਹੋ ਜੀ। ਨੰਬਰ ਤੁਹਾਡੀ ਸਕਰੀਨ ਦੇ ਉੱਤੇ, ਨੰਬਰ ਤੁਸੀਂ ਵੀ ਮਿਲਾ ਸਕਦੇ ਹੋ ਤੇ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਸਟੱਡੀ ਵੀਜ਼ਾ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਵਾਲ। ਹਾਂਜੀ ਸਰ, ਸਵਾਲ ਦੱਸੋ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਠੀਕ ਹੈ ਠੀਕ ਹੈ ਜੀ। ਹਾਂਜੀ ਹਾਂਜੀ ਸਰ, ਸ਼ੁਕਰੀਆ। ਹਾਂਜੀ ਸਰ, ਠੀਕ ਹੈ। ਤੁਸੀਂ ਭਾਜੀ ਮੈਨੂੰ ਇਹ ਦੱਸੋ ਕਿ ਤੁਸੀਂ ਜਿਸ ਬੱਚੇ ਬਾਰੇ ਪੁੱਛ ਰਹੇ ਹੋ, ਉਹਨੇ ਡਿਪਲੋਮਾ ਕੀਤਾ ਹੋਟੇਲ ਮੈਨੇਜਮੈਂਟ ਦਾ ਜਾਂ ਡਿਗਰੀ ਕੀਤੀ ਹੋਈ ਹੈ? ਡਿਗਰੀ ਹੈ ਸਰ, ਡਿਗਰੀ। ਬੈਚਲਰ ਡਿਗਰੀ 3 ਸਾਲ ਦੀ, ਰਾਈਟ? ਚਲੋ ਮੈਂ ਵੈਸੇ ਦੱਸ ਦੇਣਾ, ਜੇ ਡਿਪਲੋਮਾ ਕੀਤਾ ਤਾਂ ਅੱਗੇ ਫਰਦਰ ਡਿਗਰੀ ਕਰਨ ਜਾ ਸਕਦੀ ਹੈ, ਜੇ ਉਹਨੇ ਡਿਗਰੀ ਕੀਤੀ ਇੰਡੀਆ 'ਚ ਤਾਂ ਫਰਦਰ ਪੋਸਟ ਗ੍ਰੈਜੂਏਸ਼ਨ ਕਰਨ ਜਾਂ ਮਾਸਟਰ ਕਰਨ ਜਾ ਸਕਦੀ ਹੈ। ਜਿਵੇਂ ਕਿ ਦੱਸਿਆ 6.5 ਬੈਂਡ ਆ ਬੇਟੀ ਦੇ, ਸੋ ਉਹ ਬੇਟੀ ਜਿਹੜੀ ਤੁਹਾਡੀ ਹੈ ਉਹ ਕੈਨੇਡਾ ਵੀ ਜਾ ਸਕਦੀ ਹੈ, ਆਸਟ੍ਰੇਲੀਆ ਵੀ ਜਾ ਸਕਦੀ ਹੈ, ਨਿਊਜ਼ੀਲੈਂਡ ਵੀ ਜਾ ਸਕਦੀ ਹੈ, UK ਵੀ ਜਾ ਸਕਦੀ ਹੈ। ਬਟ ਜੇ ਮੈਂ ਹੋਟਲ ਇੰਡਸਟਰੀ ਗੱਲ ਕਰਾਂ ਤਾਂ ਬੈਟਰ ਜਿਹੜਾ ਫਿਊਚਰ ਹੈ ਜਾਂ UK 'ਚ ਹੈ ਜਾਂ ਫਿਰ ਕੈਨੇਡਾ 'ਚ, ਇਹਨਾਂ ਦੋਨਾਂ ਮੁਲਕਾਂ 'ਚ ਤੁਸੀਂ ਸੋਚ ਸਕਦੇ ਹੋ। ਬਾਕੀ ਬਜਟ ਦੇ ਮੁਤਾਬਿਕ ਤੁਹਾਡਾ ਕਿੰਨਾ ਕੁ ਬਜਟ ਹੈ, ਕਿਉਂਕਿ ਕੈਨੇਡਾ ਪੜ੍ਹਨ ਜਾਣਾ ਤਾਂ ਲਗਭਗ 13-15 ਲੱਖ ਰੁਪਏ ਚਾਹੀਦਾ, ਕਿਉਂਕਿ 5 ਲੱਖ ਨਾਲ ਲੈ ਕੇ ਜਾਣਾ। ਜੇ ਬਜਟ ਘੱਟ ਹੈ ਤਾਂ UK ਤੁਸੀਂ 7-8 ਲੱਖ ਰੁਪਏ ਫੀਸ ਪੇ ਕਰਕੇ ਅੱਗੇ ਫਰਦਰ ਡਿਗਰੀ ਕਰਨ ਜਾ ਸਕਦੇ ਹੋ ਜੀ। ਨੈਕਸਟ ਕਾਲਰ, ਹੈਲੋ 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 ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਪੁੱਛੋ। ਮੈਡਮ, ਆਪਣਾ UK ਦਾ ਸਟੱਡੀ ਵੀਜ਼ਾ ਪੁੱਛਣਾ ਹੈ। ਠੀਕ ਹੈ ਜੀ। ਕੀ ਕੁਆਲੀਫਿਕੇਸ਼ਨ ਕੀ ਮੈਡਮ ਤੁਹਾਡੀ? ਹਾਂਜੀ, ਮੈਂ ਨਰਸਿੰਗ ਕੀਤੀ ਹੈ ਜੀ, ਨਰਸਿੰਗ। ਔਰ ਕਿਹੜੇ ਸਾਲ 'ਚ ਕੰਪਲੀਟ ਕੀਤੀ ਹੈ? 2016। ਐਂਡ ਆਇਲਟਸ ਦੇ ਕਿੰਨੇ ਬੈਂਡ ਨੇ? ਆਇਲਟਸ ਨਹੀਂ ਕੀਤੀ ਹੈ। ਤੁਹਾਡੇ ਪਲੱਸ 2 ਚੋਂ ਇੰਗਲਿਸ਼ ਚੋਂ 60% ਨੰਬਰ ਹੈਗੇ ਨੇ? ਓਕੇ, ਜੇ ਤੁਹਾਡੇ ਪਲੱਸ 2 ਚੋਂ ਇੰਗਲਿਸ਼ ਚੋਂ 60% ਨੰਬਰ ਆ, ਤੁਹਾਡੇ ਉਹ ਮਾਰਕਸ ਇੰਗਲਿਸ਼ ਦੇ ਤੁਹਾਡੇ 6 ਬੈਂਡ ਦੇ ਬਰਾਬਰ ਦੀ ਤੁਹਾਨੂੰ ਇਕੁਇਵੈਲੈਂਸੀ ਦੇ ਰਿਹਾ, ਤੁਸੀਂ ਫਰਦਰ ਨਰਸਿੰਗ ਦੀ ਡਿਗਰੀ ਕਰਨ ਜਾਂ ਡਿਪਲੋਮਾ ਕਰਨ ਫਰਦਰ ਜਾ ਸਕਦੇ ਹੋ। ਮੇਰੇ ਕੋਲ ਤਕਰੀਬਨ ਇਹੋ ਜਿਹੀਆਂ 6 ਯੂਨੀਵਰਸਿਟੀਜ਼ ਲੰਡਨ ਦੇ ਵਿੱਚ, ਬਰਮਿੰਗਮ 'ਚ ਅਵੇਲੇਬਲ ਆ, ਜਿੱਥੇ ਤੁਸੀਂ 1.5 ਸਾਲ ਦੀ ਬੈਚਲਰ ਡਿਗਰੀ ਕਰ ਸਕਦੇ ਹੋ। GNM ਦੇ ਬੇਸਿਸ 'ਤੇ ਤੁਹਾਨੂੰ ਕ੍ਰੈਡਿਟ ਟ੍ਰਾਂਸਫਰ ਹੋ ਜਾਣਗੇ 18 ਮਹੀਨਿਆਂ ਤੋਂ ਲੈ ਕੇ 24 ਮਹੀਨਿਆਂ ਦੀ, ਉੱਥੇ 1.5 ਤੋਂ 2 ਸਾਲ ਦੀ ਬੈਚਲਰ ਡਿਗਰੀ ਹੋਏਗੀ। ਫਰਦਰ ਤੁਸੀਂ ਉੱਥੇ ਵਰਕ ਪਰਮਿਟ ਅਪਲਾਈ ਕਰਕੇ ਆਪਣੀ ਉੱਥੇ ਜ਼ਿੰਦਗੀ ਲਈ ਪੱਕੇ ਤੌਰ 'ਤੇ RN ਦਾ ਟੈਸਟ ਪਾਸ ਕਰਕੇ PR ਅਪਲਾਈ ਕਰ ਸਕਦੇ ਹਾਂ। ਸੋ ਦਫ਼ਤਰ ਜਲੰਧਰ ਮੋਹਾਲੀ ਔਰ ਨਵਾਂ ਸ਼ਹਿਰ 'ਚ ਹੈ। ਅਗਰ ਆਪਣੀ ਫਾਈਲ ਦੀ ਅਸੈਸਮੈਂਟ ਕਰਾ ਕੇ ਜਨਵਰੀ ਡੇਟ 'ਚ ਅਪਲਾਈ ਕਰਨਾ ਚਾਹੁੰਦੇ ਹੋ, ਬਿਨਾਂ ਆਇਲਟਸ ਤੋਂ UK ਜਾਣਾ ਚਾਹੁੰਦੇ ਹੋ, ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੌਣ ਬੋਲ ਰਹੇ ਹੋ? ਠੀਕ ਹੈ ਜੀ, ਤੇ ਸਵਾਲ ਪੁੱਛ ਲਓ। ਪਲੱਸ 2 ਕਿਹੜੇ ਸਾਲ ਕੰਪਲੀਟ ਕੀਤੀ ਹੈ ਸਰ ਬੇਟੀ ਨੇ? ਹਾਂਜੀ, ਪਲੱਸ 2 ਕਿਹੜੇ ਸਾਲ ਕੰਪਲੀਟ ਕੀਤੀ ਬੇਟੀ ਨੇ? 2017 ਜੀ। ਭਾਜੀ ਕੋਸ਼ਿਸ਼ ਕਰੋ ਕਿ ਬੇਟੀ ਨੇ ਕੋਈ ਆਇਲਟਸ ਦੁਆਰਾ ਇੰਪਰੂਵ ਕਰਾ ਦਿਓ, ਕਿਉਂਕਿ 5.5 ਬੈਂਡ ਤੇ ਸਿਰਫ ਨਿਊਜ਼ੀਲੈਂਡ ਵੀਜ਼ਾ ਦਿੰਦਾ। ਜੇ ਮੈਂ ਆਸਟ੍ਰੇਲੀਆ ਜਾਂ ਕੈਨੇਡਾ ਦੀ ਗੱਲ ਕਰਾਂ ਤਾਂ 5.5 ਬੈਂਡ ਤੇ ਵੀਜ਼ਾ ਚਾਂਸਸ ਬਹੁਤ ਘੱਟ ਨੇ। ਅਤੇ ਜੇ ਬੇਟੀ ਹਾਲੇ ਗ੍ਰੈਜੂਏਸ਼ਨ ਫਰਦਰ ਕੰਪਲੀਟ ਨਹੀਂ ਕਰਨਾ ਚਾਹੁੰਦੀ, ਤੁਹਾਨੂੰ ਆਇਲਟਸ ਇੱਕ ਵਾਰ ਦੁਆਰਾ ਇੰਪਰੂਵ ਕਰਾ ਕੇ ਆਸਟ੍ਰੇਲੀਆ ਦਾ ਜਾਂ ਕੈਨੇਡਾ ਦਾ ਅਪਲਾਈ ਕਰ ਸਕਦੇ ਹੋ। ਬਟ ਉਸ ਲਈ ਪਹਿਲਾਂ ਆਇਲਟਸ ਇੰਪਰੂਵ ਕਰਨ ਦੀ ਲੋੜ ਹੈ।
ਜਲੰਧਰ ਸਾਡੀ ਬੜੀ ਵੱਡੀ ਅਕੈਡਮੀ ਹੈ ਆਰ ਐਸ ਗਲੋਬਲ ਸਕੂਲ ਆਫ ਲੈਂਗੁਏਜ ਦੇ ਨਾਂ ਤੇ, ਉੱਥੇ ਜਿਹੜੇ ਬੱਚੇ ਬਾਰ ਬਾਰ ਆਇਲਸ ਕਰ ਚੁੱਕੇ ਨੇ 5.5 ਬੈਂਡ ਤੋਂ ਵੱਧ ਨਹੀਂ ਆ ਰਹੇ, ਉਹਨਾਂ ਲਈ ਸਪੈਸ਼ਲ ਸਾਡੇ ਕੋਲ ਇਹੋ ਜਿਹੇ ਟਿਪਸ ਨੇ, ਸਟ੍ਰੈਟਜੀਜ਼ ਨੇ ਜੋ ਟ੍ਰੇਨਰ ਬੱਚੇ ਨੂੰ ਐਕਸਟਰਾ ਕਲਾਸਿਸ ਐਕਸਟਰਾ ਬੈਚ ਦੇ ਕੇ ਬੱਚੇ ਨੂੰ 6-6.5 ਬੈਂਡ ਤੱਕ ਪਹੁੰਚਾ ਦਿੰਦਾ। ਜੇ ਆਇਲਸ ਇੰਪਰੂਵ ਨਹੀਂ ਕਰਨਾ ਚਾਹੁੰਦੇ, ਨਿਊਜ਼ੀਲੈਂਡ ਆਪਸ਼ਨ ਅਵੇਲੇਬਲ ਹੈ, ਯੂਰਪ ਵਿੱਚ ਲਾਟਵੀਆ ਦੀ ਆਪਸ਼ਨ ਅਵੇਲੇਬਲ ਹੈ, ਫਰਾਂਸ ਪੜ੍ਹਨ ਜਾ ਸਕਦੀ ਹੈ ਬੇਟੀ ਤੁਹਾਡੀ, ਨੀਦਰਲੈਂਡ ਪੜ੍ਹਨ ਜਾ ਸਕਦੀ ਹੈ, ਜਰਮਨੀ ਪੜ੍ਹਨ ਜਾ ਸਕਦੀ ਹੈ, 5.5 ਬੈਂਡ ਤੇ ਕੈਨੇਡਾ ਆਸਟ੍ਰੇਲੀਆ ਛੱਡ ਕੇ ਫਰਦਰ ਤੁਸੀਂ ਯੂਰਪ ਦੀ ਕੰਟਰੀ ਵਾਲੇ ਪਾਸੇ ਅੱਗੇ ਡਿਗਰੀ ਲਈ ਸੋਚ ਸਕਦੇ ਹੋ। ਜਿਵੇਂ ਮੈਂ ਨੀਦਰਲੈਂਡ ਦੀ ਗੱਲ ਪਿਛਲੇ ਵੀਕ ਵੀ ਕੀਤੀ ਸੀ, ਬਿਨਾਂ ਆਇਲਸ ਤੋਂ ਕੋਈ ਵੀ ਬੱਚਾ ਜਿਹੜਾ ਪਲੱਸ ਟੂ ਪਾਸ ਹੈ 5-6 ਸਾਲ ਦਾ ਗੈਪ ਹੈ, ਉਹਦੇ ਘੱਟੋ ਘੱਟ 50% ਨੰਬਰ ਹੈ, ਬਿਨਾਂ ਪਹਿਲਾਂ ਯੂਨੀਵਰਸਿਟੀ ਦੀ ਫੀਸ ਪੇ ਕੀਤੇ ਪੜ੍ਹਨ ਜਾ ਸਕਦਾ। ਯੂਨੀਵਰਸਿਟੀ ਦੀ ਫੀਸ ਉਸ ਦਿਨ ਪੇ ਕਰਨੀ ਜਿਸ ਦਿਨ ਤੁਹਾਡਾ ਵੀਜ਼ਾ ਲਾ ਕੇ ਆ ਜਾਏਗਾ। ਜੇ ਤੁਸੀਂ ਪਲੱਸ ਟੂ ਕੀਤੀ ਹੈ 3 ਸਾਲ ਦੀ ਬੈਚਲਰ ਡਿਗਰੀ ਹੈ, ਜੇ ਗ੍ਰੈਜੂਏਸ਼ਨ ਕੀਤੀ ਹੈ 2 ਸਾਲ ਦੀ ਮਾਸਟਰ ਡਿਗਰੀ ਕਰਨ ਜਾ ਸਕਦੇ ਹੋ, ਐਂਡ ਪੜ੍ਹਾਈ ਤੋਂ ਬਾਅਦ ਫਰਦਰ 1.5 ਸਾਲ ਦਾ ਵਰਕ ਪਰਮਿਟ ਹੈ। ਸੋ ਸ਼ੈਨਗਨ ਕੰਟਰੀ ਪੜ੍ਹਨ ਜਾਣਾ ਚਾਹੁੰਦੇ ਹੋ, ਫਰਾਂਸ ਵਿੱਚ ਬਿਨਾਂ ਆਇਲਸ ਤੋਂ ਪੜ੍ਹਨ ਜਾਣਾ ਚਾਹੁੰਦੇ ਹੋ, ਨੀਦਰਲੈਂਡ ਵਿੱਚ ਜਿਹਨੂੰ ਹਾਲੈਂਡ ਕਹਿੰਦੇ ਬਿਨਾਂ ਆਇਲਸ ਤੋਂ ਪੜ੍ਹਨ ਜਾਣਾ ਚਾਹੁੰਦੇ ਹੋ, ਸਵੀਡਨ ਜਾਂ ਡੈਨਮਾਰਕ ਸਪਾਊਸ ਦੇ ਨਾਲ ਬਿਨਾਂ ਆਇਲਸ ਤੋਂ ਪੜ੍ਹਨ ਜਾਣਾ ਚਾਹੁੰਦੇ ਹੋ, ਤਾਂ ਸਾਡੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ। ਬਿਲਕੁਲ, ਫਿਲਹਾਲ ਕਾਲਰ ਸਾਡੇ ਨਾਲ। ਹੈਲੋ, ਹੈਲੋ ਸਰ, ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਪੁੱਛੋ। ਯੂਕੇ ਸਟੱਡੀ ਵੀਜ਼ਾ ਪੜ੍ਹੇ ਕਿੰਨਾ ਹੋ ਜੇ ਸਰ, ਪੜ੍ਹੇ ਕਿੰਨਾ ਹੈਗੇ ਹੋ? ਡਿਗਰੀ ਕਰੀ ਹੈ ਮੈਡਮ, ਬੀਐਸਸੀ ਮੈਡੀਕਲ ਲੈਬੋਰੇਟਰੀ ਦੀ। ਔਰ ਕਿਹੜੇ ਸਾਲ ਕੰਪਲੀਟ ਕੀਤੀ ਹੈ ਬੀਐਸਸੀ ਡਿਗਰੀ? ਨੰਬਰ 2018 ਵਿੱਚ। ਔਰ ਆਇਲਸ ਕੀਤਾ ਤੁਸੀਂ ਜਾਂ ਨਹੀਂ? ਮੇਰੀ ਵਾਈਫ ਨੇ ਕੀਤਾ। ਹਾਂਜੀ ਸਰ, ਉਹਨਾਂ ਦੀ ਇਹ ਪ੍ਰੋਫਾਈਲ ਤੁਹਾਡੀ ਹੈ ਜਾਂ ਤੁਹਾਡੀ ਵਾਈਫ ਦੀ ਹੈ? ਵਾਈਫ ਦੀ, 2018 ਸਤੰਬਰ ਦੇ ਵਿੱਚ ਕੰਪਲੀਟ ਕੀਤੀ। ਔਰ ਆਇਲਸ ਕਿੰਨੇ ਬੈਂਡ ਨੇ ਵਾਈਫ ਦੇ? ਵੈਰੀ ਗੁੱਡ, ਤੁਸੀਂ ਵਾਈਫ ਦੇ ਨਾਲ ਐਜ਼ ਆ ਡਿਪੈਂਡੈਂਟ ਵਰਕ ਪਰਮਿਟ ਤੇ ਜਾ ਸਕਦੇ ਹੋ। ਜਨਵਰੀ ਇਨਟੇਕ ਲਈ ਸਾਡੇ ਕੋਲ ਮਾਸਟਰਸ ਪ੍ਰੋਗਰਾਮ ਅਵੇਲੇਬਲ ਹੈ, 1 ਸਾਲ ਤੋਂ ਲੈ ਕੇ 1.5 ਸਾਲ ਤੱਕ ਦੀ ਮਾਸਟਰ ਡਿਗਰੀ ਹੁੰਦੀ ਹੈ ਯੂਕੇ ਵਿੱਚ। ਜਨਵਰੀ ਇਨਟੇਕ 'ਚ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ 14 ਲੱਖ ਰੁਪਏ ਚਾਹੀਦਾ ਵਾਈਫ ਦੇ ਨਾਮ 'ਤੇ 28 ਦਿਨ ਪੁਰਾਣਾ, 6-7 ਲੱਖ ਰੁਪਏ ਚਾਹੀਦਾ ਤੁਹਾਡੇ ਨਾਮ 'ਤੇ 28 ਦਿਨ ਪੁਰਾਣਾ। ਤੁਸੀਂ ਇਕੱਠੇ ਇੱਥੋਂ ਅਪਲਾਈ ਕਰ ਸਕਦੇ ਹੋ, ਤੁਸੀਂ ਵਰਕ ਪਰਮਿਟ 'ਤੇ ਜਾਓਗੇ, ਵਾਈਫ ਉੱਥੇ ਮਾਸਟਰ ਡਿਗਰੀ ਕਰਨ ਜਾ ਸਕਦੀ ਹੈ। ਦੁਬਈ ਤੋਂ ਯੂਐਸਏ ਇੰਨਾ ਸੌਖਾ ਨਹੀਂ ਜਿੰਨੀ ਸੌਖੇ ਤੁਸੀਂ ਕਹਿ ਦਿੱਤਾ, ਬਟ ਯੈਸ ਆਪਸ਼ਨ ਜ਼ਰੂਰ ਅਵੇਲੇਬਲ ਆ। ਕੋਈ ਵੀ ਪਲੱਸ ਟੂ ਪੜ੍ਹਿਆ ਵਿਦਿਆਰਥੀ ਜਿਹੜੀ ਉਮਰ 17 ਸਾਲ ਤੋਂ 32 ਸਾਲ ਦੇ ਦਰਮਿਆਨ ਹੈ, ਆਇਲਸ ਨਹੀਂ ਕੀਤੀ, ਨਹੀਂ ਚਾਹੀਦੀ, ਨੰਬਰ 45% ਆ ਜਾਂ 50% ਆ, ਜਾਂ ਉਹਦੇ ਮਾਂ ਪਿਓ ਕੋਲ ਪੁਰਾਣੇ ਫੰਡਸ ਨਹੀਂ ਹੈਗੇ, ਜਾਂ ਪਹਿਲਾਂ ਕਿਸੇ ਕੰਟਰੀ ਤੋਂ ਯੂਕੇ ਆਸਟ੍ਰੇਲੀਆ ਕੈਨੇਡਾ ਕਿਸੇ ਵੀ ਕੰਟਰੀ ਰਿਫਿਊਜ਼ ਹੋ ਚੁੱਕਾ, ਤਾਂ ਵੀ ਦੁਬਈ ਦੇ ਅਸੀਂ ਕਾਲਜ ICCA ਦੇ ਵਿੱਚ ਬੱਚੇ ਨੂੰ ਇੰਟਰਨੈਸ਼ਨਲ ਸ਼ੈਫ ਟ੍ਰੇਨਿੰਗ ਦੇ ਕੋਰਸ ਵਿੱਚ ਭੇਜਦੇ ਹਾਂ, ਜੋ ਕਿ ਕੇਵਲ 90 ਦਿਨ ਦਾ ਪ੍ਰੋਗਰਾਮ ਆ। 3 ਮਹੀਨੇ ਦੇ ਕੋਰਸ ਤੋਂ ਬਾਅਦ ਬੱਚੇ ਨੂੰ ਇੰਡਸਟਰੀ 'ਚ 3-star, 5-star, 7-star ਹੋਟਲ 'ਚ ਪਲੇਸਮੈਂਟ ਕਰਵਾਈ ਜਾਂਦੀ ਹੈ। ਬੱਚੇ ਨੂੰ ਸੈਲਰੀ ਮਿਲਦੀ 1200 ਦਰਾਮ ਤੋਂ ਲੈ ਕੇ 1500 ਦਰਾਮ, ਜਾਨ ਕਿ 25,000 ਤੋਂ ਲੈ ਕੇ 30-35,000 ਤੱਕ ਤਨਖਾਹ ਮਿਲਣੀ ਸ਼ੁਰੂ ਹੁੰਦੀ 4th ਮਹੀਨੇ। ਔਰ ਬੱਚੇ ਦਾ 3 ਟਾਈਮ ਦਾ ਬ੍ਰੇਕਫਾਸਟ, ਲੰਚ, ਡਿਨਰ 3 ਟਾਈਮ ਦਾ ਖਾਣਾ ਫ੍ਰੀ ਹੈ, ਉਹਦੀ ਅਕੋਮੋਡੇਸ਼ਨ ਫ੍ਰੀ ਹੈ, ਲੜਕੀਆਂ ਲਈ ਅਲੱਗ ਫੈਸਿਲਿਟੀ ਹੈ, ਲੜਕਿਆਂ ਲਈ ਅਲੱਗ ਅਕੋਮੋਡੇਸ਼ਨ ਦੀ ਫੈਸਿਲਿਟੀ ਹੈ, ਯੂਨੀਫਾਰਮ, ਮੈਡੀਕਲ ਇੰਸ਼ੋਰੈਂਸ, ਸਾਰੀਆਂ ਫੈਸਿਲਿਟੀ ਬੱਚੇ ਨਾਲ ਮਿਲਦੀਆਂ, ਖਰਚਾ ਜ਼ੀਰੋ ਹੈ। ਜਿਹੜਾ 30,000 ਜਾਂ 35,000 ਕਮਾ ਰਿਹਾ ਉਹ ਬੱਚੇ ਦੀ ਅਕਾਊਂਟ 'ਚ ਸੇਵ ਹੋ ਰਿਹਾ, ਜੋ ਬੱਚਾ 10-12 ਲੱਖ ਰੁਪਏ ਲਾ ਕੇ ਜਾ ਰਿਹਾ ਉਹ ਤਕਰੀਬਨ 1.5-2 ਸਾਲ 'ਚ ਬੱਚਾ ਪੂਰਾ ਕਰ ਰਿਹਾ। 1 ਸਾਲ ਦੀ ਟ੍ਰੇਨਿੰਗ ਦੇ ਦਰਮਿਆਨ ਤੁਸੀਂ ਉੱਥੋਂ USA ਦਾ J1 ਵੀਜ਼ਾ ਅਪਲਾਈ ਕਰ ਸਕਦੇ, ਜਿਹਨੂੰ J1 ਇੰਟਰਨਸ਼ਿਪ ਵੀਜ਼ਾ ਕਹਿੰਦੇ ਆ। ਜੇ ਇਨ ਕੇਸ ਇੰਟਰਵਿਊ ਨਹੀਂ ਕਲੀਅਰ ਹੁੰਦੀ, ਵੀਜ਼ਾ ਨਹੀਂ ਵੀ ਲੱਗਦਾ, ਮੈਂ ਨਾਲ ਨੈਗੇਟਿਵ ਗੱਲ ਵੀ ਕਰ ਲੈਣਾ, ਤੁਸੀਂ 2 ਸਾਲ ਦਾ ਤਜਰਬਾ ਲੈ ਕੇ ਕੈਨੇਡਾ ਦਾ ਵਰਕ ਪਰਮਿਟ ਲੈ ਸਕਦੇ ਹੋ, 3 ਸਾਲ ਦਾ ਐਕਸਪੀਰੀਅੰਸ ਲੈ ਕੇ ਉੱਥੋਂ ਫਰਦਰ ਜੇ ਕੋਈ ਗ੍ਰੈਜੂਏਟ ਹੈ ਆਪਣੇ ਪੁਆਇੰਟ ਬੇਸਿਸ 'ਤੇ ਆਸਟ੍ਰੇਲੀਆ ਦੀ PR ਅਪਲਾਈ ਕਰ ਸਕਦਾ। ਸੋ ਪ੍ਰੋਫੈਸ਼ਨਲ ਸ਼ੈਫ ਇੱਕ ਇਹੋ ਜਿਹਾ ਕਿੱਤਾ, ਇੱਕ ਇਹੋ ਜਿਹਾ ਪ੍ਰੋਫੈਸ਼ਨ ਜਿਹਦੀ ਹਮੇਸ਼ਾ ਡਿਮਾਂਡ ਪਿਛਲੇ 10 ਸਾਲ ਤੋਂ ਵੱਧਦੀ ਜਾ ਰਹੀ ਹੈ, ਘੱਟਦੀ ਜਾ ਰਹੀ, ਕਿਉਂਕਿ ਅੱਜ ਇੰਡੀਆ ਵਿੱਚ ਵੀ ਜੇ ਗੱਲ ਕਰਾਂ, ਪੰਜਾਬ ਦੀ ਗੱਲ ਕਰਾਂ, ਨੌਰਥ ਇੰਡੀਆ ਦੀ ਵੀ ਗੱਲ ਕਰਾਂ, ਤਾਂ ਸਾਡਾ ਵੈਸਟਰਨ ਕਲਚਰ ਵਾਲੇ ਪਾਸੇ ਰੁਝਾਨ ਵੱਧਦਾ ਜਾ ਰਿਹਾ। ਅੱਜ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਜਾਂ ਆਪਣੇ ਵਿਆਹ ਦੀ ਮੈਰਿਜ ਐਨਵਰਸਰੀ ਜਾਂ ਆਪਣੀ ਕਿੱਟੀਆਂ ਅਸੀਂ ਹੋਟਲਾਂ 'ਚ ਮਨਾਉਣ ਨੂੰ ਪ੍ਰੈਫਰੈਂਸ ਦੇ ਰਹੇ ਹਾਂ, ਤਾਂ ਜੋ ਜੋ ਹੋਟਲ ਕਲਚਰ ਪੰਜਾਬ 'ਚ ਵੱਧ ਰਿਹਾ ਤਿਉਂ ਤੋਂ ਸ਼ੈਫ ਦੀ ਡਿਮਾਂਡ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਸੋ ਕੱਲ੍ਹ ਨੂੰ ਤੁਸੀਂ 2-4 ਸਾਲ ਐਕਸਪੀਰੀਅੰਸ ਲੈ ਕੇ ਇੰਡੀਆ 'ਚ ਹੀ ਵਾਪਸ ਆਉਂਦੇ ਹੋ, ਇੱਥੇ ਚੰਡੀਗੜ੍ਹ ਦੇ ਕਿਸੇ 5-star ਹੋਟਲ ਵਿੱਚ ਵੀ 1-1.5 ਲੱਖ ਬੰਦਾ ਤਨਖਾਹ ਲੈ ਸਕਦੇ ਨੇ। ਸਾਡੇ ਵਿਦਿਆਰਥੀ 70509 70509 ਨੰਬਰ ਜੀ ਤੁਹਾਡੀ ਸਕਰੀਨ ਦੇ ਉੱਤੇ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਉਸ ਤੋਂ ਬਾਦ ਇਹ ਲੱਗਦਾ ਸਾਡਾ ਕੋਈ ਪੁਰਾਣਾ ਭਗਤ ਹੈ ਜਿਹੜਾ ਰਾਜਸਥਾਨ ਤੋਂ, ਕਿਉਂਕਿ ਬਥੇਰੇ ਬੱਚੇ ਸਾਡੇ ਗਏ ਆ। ਠੀਕ ਹੈ ਦੋਸਤ, ਤੁਸੀਂ ਜਾ ਸਕਦੇ ਹੋ,
ਜਾਪਾਨ ਦੇ ਵਿੱਚ 5 ਤੋਂ 6 ਸਾਲ ਦਾ ਗੈਪ ਅਸੈਪਟੇਬਲ ਅਗਰ ਤੁਹਾਡਾ ਜਿਹੜਾ ਡੇਟ ਆਫ ਬਰਥ ਹੈ 90 ਤੋਂ ਉੱਪਰ ਹੈ ਜਦ ਕਿ 91 92 ਦਾ ਯੂ ਆਰ ਐਲੀਜੀਬਲ ਅਗਰ 90 ਜਾਂ 89 ਦਾ ਬਰਥ ਹੈ ਫਿਰ ਨਹੀਂ ਐਲੀਜੀਬਲ ਤੁਸੀਂ ਅਗਰ ਡਿਪਲੋਮਾ ਕੀਤਾ ਫਰਦਰ ਵੇਲਾ ਉੱਥੇ 1 ਸਾਲ ਦਾ ਲੈਂਗੁਏਜ ਕੋਰਸ ਕਰਨ ਜਾਓਗੇ ਰਾਜਸਥਾਨ ਤੋਂ ਤੁਹਾਨੂੰ ਫੋਨ ਕਰ ਰਹੇ ਮੈਨੂੰ ਲੱਗਦਾ ਸ਼ਾਇਦ ਸਾਡੇ ਪੁਰਾਣੇ ਗਏ ਹੋਏ ਬੱਚੇ ਦੇ ਥਰੂ ਰੈਫਰ ਲਿਆ ਹੋਵੇਗਾ ਕਿਉਂਕਿ ਰਾਜਸਥਾਨ ਤੋਂ ਹਰਿਆਣੇ ਤੋਂ ਅਸੀਂ ਇੰਨੇ ਕਲਾਇੰਟ ਜਾਪਾਨ ਭੇਜ ਚੁੱਕੇ ਹਾਂ ਮੈਨੂੰ ਲੱਗਦਾ ਰਾਜਸਥਾਨ ਹੋਰ 1.5 ਸਾਲ 2 ਸਾਲ ਹੀ ਖਾਲੀ ਕਰ ਦੇਣਾ ਬਿਲਕੁਲ 1 ਸਾਲ ਦੇ ਲੈਂਗੁਏਜ ਕੋਰਸ ਪੜ੍ਹਨ ਜਾ ਸਕਦੇ ਹੋ ਐਸ ਐਮ ਐਪਲ ਇੰਟੇਕ ਸਾਡੇ ਕੋਲ ਅਵੇਲੇਬਲ ਹੈ ਜੀ ਨੈਕਸਟ ਕਾਲ ਸਾਡੇ ਨਾਲ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਔਰ ਆਇਲਸ ਕਿੰਨੇ ਬੈਂਡ ਨੇ ਮੇਨ ਐਪਲੀਕੈਂਟ ਦੇ ਸਰ ਵਿਦਆਊਟ ਆਇਲਸ ਪੁੱਛਣਾ ਸੀ ਕਿਹੜੀ ਕਿਹੜੀ ਆਪਸ਼ਨ ਹੈ ਇੰਗਲਿਸ਼ ਚੋਂ ਨੰਬਰ ਹੈਗੇ 60% 12ਵੀਂ ਚੋਂ ਜੇ ਪਲੱਸ 2 ਵਿੱਚੋਂ ਇੰਗਲਿਸ਼ ਸਬਜੈਕਟ ਚੋਂ 60% ਨੰਬਰ ਹੈ ਫਿਰ ਆਇਲਸ ਕਰਨ ਦੀ ਲੋੜ ਨਹੀਂ ਸਪਾਊਸ ਦੇ ਨਾਲ ਜਾ ਸਕਦੇ ਹੋ ਯੂਕੇ ਸਰ 60% ਨੰਬਰ ਨਹੀਂ ਆ ਪਲੱਸ 2 ਚੋਂ ਨਹੀਂ ਮੈਂ ਪਲੱਸ 2 ਚੋਂ ਨਹੀਂ ਗੱਲ ਕੀਤੀ ਮੈਂ ਸਿਰਫ ਅੰਗਰੇਜ਼ੀ ਸਬਜੈਕਟ ਚੋਂ ਗੱਲ ਕੀਤੀ ਹੈ ਸੋ ਅਗਰ ਇੰਗਲਿਸ਼ ਚੋਂ 60% ਨੰਬਰ ਆ ਤੁਸੀਂ ਵਿਦਆਊਟ ਆਇਲਸ ਯੂਕੇ ਜਾ ਸਕਦੇ ਹੋ ਓਵਰਆਲ 60% ਲੋੜ ਨਹੀਂ ਕਿਉਂਕਿ ਆਪਣਾ ਭਲੇਖਾ ਰਹਿੰਦਾ ਬੱਚਿਆਂ ਨੂੰ ਓਵਰਆਲ ਤੁਹਾਡੇ 55% ਆ ਤਾਂ ਵੀ ਐਲੀਜੀਬਲ ਹੋ ਬਟ ਕੇਵਲ ਔਰ ਕੇਵਲ ਇੰਗਲਿਸ਼ ਸਬਜੈਕਟ ਵਿੱਚੋਂ 12ਵੀਂ ਕਲਾਸ ਚੋਂ ਅਗਰ 60% ਨੰਬਰ ਆ ਤੁਸੀਂ ਵਿਦਆਊਟ ਆਇਲਸ ਯੂਕੇ ਜਾ ਸਕਦੇ ਹੋ ਸਪਾਊਸ ਦੇ ਨਾਲ ਜਾ ਸਕਦੇ ਹੋ ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਜੀ ਤੇ ਨੈਕਸਟ ਐਪੀਸੋਡ ਦੇ ਵਿੱਚ ਮੈਂ ਫੇਰ ਤੋਂ ਕੋਸ਼ਿਸ਼ ਕਰਾਂਗੀ ਕਿ ਅਸੀਂ ਯੂਕੇ ਨੂੰ ਲੈ ਕੇ ਹਨਾ ਤੇ ਨਾਲ ਜਿਹੜਾ ਦੁਬਈ ਤੋਂ ਅਮਰੀਕਾ ਦਾ ਜਿਹੜਾ ਸਫਰ ਹੈਗਾ ਉਹ ਤੁਹਾਨੂੰ ਨਾਲ ਡਿਸਕਸ ਕਰੀਏ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਤੇ ਇਸੇ ਤਰ੍ਹਾਂ ਜੀ ਕਿੰਚਾਵਾ ਪ੍ਰਦੇਸ਼ ਦੇ ਵਿੱਚ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮੁਲਾਕਾਤ ਕਰਦੇ ਹਾਂ ਆਪਣਾ ਖਿਆਲ ਰੱਖੋ ਸਤਿ ਸ਼੍ਰੀ ਅਕਾਲ